जस टीवी देख रहे हो तुसीं, मैं केपी सिंह तुहाडा स्वागत करदा। नशे दे मुद्दे ते पंजाब विच बहुत बहस हो चुकी है, बड़ी सियासत हो चुकी है, ते ए रुकण दा नाम नहीं ले रही। बहस अदालतां तक भी हुई हैगी, अदालतां तो नवें दिशा निर्देश जो जारी हुंदे आ फिर बहस दोबारा बनती हैगी। अदालतां जो कहिंदियां कि इन बिन जमीन ते उतर सकता है कि इन्नी समर्था हैगी है सरकार कोले, प्रशासन कोले, ते जिहड़े होर महकमे हैगे आ उहनां विच आपसी तालमेल कीता जा सकता है। बहुत सारे सवाल हैगे आ। एक मामला पंजाब अते हरियाणा हाई कोर्ट विच पहुंचिया बलजिंदर सिंह ते खुशी खान दा। उस मामले दे विच हाई कोर्ट ने 25 जिहड़ियां हदायतां दित्तियां, 25 डायरेक्शनस, 25 गाइडलाइनस जिहड़ियां दित्तियां हैगियां, असीं उसे ते सवाल करना हैगा। पंजाब च नशे ते 25 वाला पौड़ा की ਉਹਦਾ ਪੁਆਇੰਟ ਵੇ ਤੁਹਾਨੂੰ ਕੁਝ ਕੁ ਪੁਆਇੰਟ ਦੱਸ ਦਈਏ ਜਿਨ੍ਹਾਂ 'ਤੇ ਬਹਿਸ ਕਰਨੀ ਹੈਗੀ ਆ। ਉਹ ਸਾਰੇ ਪੁਆਇੰਟ ਤਾਂ ਅਸੀਂ ਡਿਸਕਸ ਨਹੀਂ ਕਰ ਸਕਦੇ, ਪਰ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਅਹਿਮ ਪੁਆਇੰਟ ਹੈਗੇ ਉਹਨਾਂ 'ਤੇ ਗੱਲਬਾਤ ਕੀਤੀ ਜਾ ਸਕੇ। ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 25 ਹਦਾਇਤਾਂ ਜਾਰੀ ਕੀਤੀਆਂ, ਪਟਿਆਲਾ ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ 'ਤੇ ਸੁਣਵਾਈ ਕਰਦਿਆਂ ਇਹ ਗਾਈਡਲਾਈਨਸ ਜਾਰੀ ਕੀਤੀਆਂ ਕਿ ਸੂਬਾ ਸਰਕਾਰ ਲੋਕਾਂ 'ਚ ਜਾਗਰੂਕਤਾ ਲਈ ਸ਼ੁਰੂ ਕਰੇ ਮੁਹਿੰਮ, DC ਹੋਵੇ ਨੋਡਲ ਅਫਸਰ, ਇਹ ਵੀ ਕਿਹਾ ਗਿਆ ਹੈਗਾ। DGP ਪੰਜਾਬ, STF ਦਾ ਮੁੜ ਗਠਨ ਕਰਨ, ਇਸ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ, ਇਸ ਨੂੰ ਸਟਰੈਂਥਨ ਕੀਤਾ ਜਾਵੇ, ਇਹ ਸਾਰੀਆਂ ਹਦਾਇਤਾਂ ਦੇ ਵਿੱਚ ਕਹੀਆਂ ਗਈਆਂ ਹੈਗੀਆਂ। ਜਾਂਚ ਅਧਿਕਾਰੀਆਂ ਨੂੰ ਆਧੁਨਿਕ ਕਿੱਟਾਂ ਦਿੱਤੀਆਂ ਜਾਣ, ਕਿੰਗਪਿਨ ਖਿਲਾਫ਼ PMLA ਤਹਿਤ ਮਾਮਲੇ ਦਰਜ ਹੋਣ, ਹਰ ਜ਼ਿਲ੍ਹੇ ਵਿੱਚ ਮੁੜ ਸੇਵਾ ਕੇਂਦਰ ਖੋਲ੍ਹੇ, ਇੱਕ ਮਨੋਵਿਗਿਆਨੀ ਹਰ ਕੇਂਦਰ ਵਿੱਚ ਹੋਵੇ ਤੈਨਾਤ, ਸਿਹਤ ਮਹਿਕਮੇ 'ਤੇ ਚੁੱਕੇ ਸਵਾਲ, ਸਕੂਲਾਂ ਵਿੱਚ ਸਭ ਤੋਂ ਸੀਨੀਅਰ ਅਧਿਆਪਕ ਨੂੰ ਬਣਾਇਆ ਜਾਵੇ ਨੋਡਲ ਅਫਸਰ, ਬੱਚਿਆਂ ਨੂੰ ਕਰੇ ਜਾਗਰੂਕ, ਯਾਨੀ ਕਿ ਸਿਹਤ ਮਹਿਕਮਾ ਅਤੇ ਸਿੱਖਿਆ ਮਹਿਕਮਾ ਇਹਨਾਂ ਸਾਰਿਆਂ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ। ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਸਾਰੇ ਸਕੂਲਾਂ ਅੱਗੇ ਸਾਦੀ ਵਰਦੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਹੋਵੇ, ਇਹ ਵੀ ਕਿਹਾ ਗਿਆ। ਨਸ਼ਾ ਤਸਕਰਾਂ ਅਤੇ ਵਪਾਰੀਆਂ 'ਤੇ ਲਗਾਮ ਕੱਸਣ ਲਈ ਅਜਿਹਾ ਕੀਤਾ ਜਾਣਾ ਲਾਜ਼ਮੀ ਹੈਗਾ, ਜਿਹੜੇ ਨਸ਼ਾ ਕਾਰੋਬਾਰੀ ਹੈਗੇ ਉਹਨਾਂ 'ਤੇ ਲਗਾਮ ਕੱਸੀ ਜਾਣੀ ਚਾਹੀਦੀ ਹੈਗੀ। ਨਸ਼ੇ ਦੇ ਮਾਮਲਿਆਂ 'ਚ ਰੇਡ ਕਰਨ ਅਤੇ ਕਾਰਵਾਈ ਕਰਨ ਵੀ ਖਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਕਿਹੜੇ ਰੈਂਕ ਦਾ ਬੰਦਾ ਕਿਹੜੇ ਪੁਲਿਸ ਅਫਸਰ ਨਾਲ ਜਾਵੇਗਾ, ਕਿਵੇਂ ਰੇਡ ਕੀਤੀ ਜਾਵੇਗੀ, ਇਹ ਸਾਰੀਆਂ ਹਦਾਇਤਾਂ ਦੇ ਵਿੱਚ ਲਿਖੀਆਂ ਹੋਈਆਂ। DGP ਨਵੇਂ ਸਿਰਿਓਂ ਮਜ਼ਬੂਤ ਸਪੈਸ਼ਲ ਟਾਸਕ ਫੋਰਸ ਦਾ ਗਠਨ ਕਰਨ, ਐਂਟੀ ਨਾਰਕੋਟਿਕ ਸੈੱਲ ਨੂੰ ਜ਼ਿਲ੍ਹਾ ਪੱਧਰ 'ਤੇ ਸਰਗਰਮੀ ਵਧਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਅਤੇ ਕੁਝ ਕੁ ਹਦਾਇਤਾਂ ਹੋਰ ਵੀ ਹੈਗੀਆਂ, ਤੁਹਾਨੂੰ ਉਹ ਵੀ ਸਮੇਂ ਸਮੇਂ ਸਿਰ ਅਸੀਂ ਦੱਸਦੇ ਰਹਾਂਗੇ। ਸਵਾਲ ਇੱਕੋ ਪੁੱਛਾਂਗੇ, ਵੱਡਾ ਸਵਾਲ ਅਸੀਂ ਇਹ ਪੁੱਛਾਂਗੇ, ਸੂਬੇ 'ਚ ਨਸ਼ੇ 'ਤੇ ਨੱਥ ਪਾਉਣ ਲਈ ਸਰਕਾਰ ਦੇ ਹੱਥ ਨੂੰ ਹਾਈ ਕੋਰਟ ਦੀਆਂ ਹਦਾਇਤਾਂ ਕਿਉਂ? ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ। ਖਾਸ ਪੈਨਲ ਸਾਡੇ ਨਾਲ ਸਟੂਡੀਓ 'ਚ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਡਾਕਟਰ ਪਹਿਲਾ ਗਰਗ ਇਹ ਮਾਹਰ ਦੇ ਤੌਰ 'ਤੇ ਸਾਡੇ ਨਾਲ ਇੱਥੇ ਮੌਜੂਦ ਰਹਿਣਗੇ। ਇਹ ਸਿਹਤ ਮਹਿਕਮੇ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ, ਕਿਉਂਕਿ ਉਸੇ ਕਿੱਤੇ ਵਿੱਚੋਂ ਇਹ ਆਏ ਆ, ਸਾਬਕਾ ਰਜਿਸਟਰਾਰ ਨੇ ਬਾਫੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ, ਅਤੇ ਸਿੱਖਿਆ ਮਹਿਕਮੇ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ ਹੈ ਕਿ ਬਾਕੀ ਪ੍ਰਸ਼ਾਸਨ ਦਾ ਨਾਲ ਤਜਰਬਾ ਹੈਗਾ। ਡਾਕਟਰ ਗਰਗ ਤੁਹਾਡਾ ਬਹੁਤ ਸਵਾਗਤ ਹੈ। ਸ਼ਸ਼ੀਕਾਂਤ ਸਾਬਕਾ DGP ਨੇ ਜੇਲ੍ਹਾਂ ਦੇ, ਅਤੇ ਸ਼ਸ਼ੀਕਾਂਤ ਹਰੇ ਹਾਈ ਕੋਰਟ ਵਿੱਚ ਖੁਦ ਜਾ ਚੁੱਕੇ ਹੈ ਇਹਨਾਂ ਮਾਮਲਿਆਂ ਨੂੰ ਲੈ ਕੇ, ਅਤੇ ਸ਼ਸ਼ੀਕਾਂਤ ਹਰਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਜੇਲ੍ਹ ਹੈ ਅਤੇ ਪੁਲਿਸ ਪ੍ਰਬੰਧਨ ਹੈਗਾ, ਉਹ ਕਿਸ ਤਰੀਕੇ ਨਾਲ ਕੰਮ ਕਰਦਾ ਹੈਗਾ, ਨਸ਼ੇ 'ਤੇ ਕਿਸ ਤਰੀਕੇ ਨਾਲ ਨਕੇਲ ਕੱਸੀ ਜਾ ਸਕਦੀ ਹੈ, ਸ਼ਸ਼ੀਕਾਂਤ ਖੁਦ ਕਿੰਨਾ ਸਫਲ ਹੋਏ ਸੀ ਜਾਂ ਅਸਫਲ ਕਿਉਂ ਹੋ ਗਏ। ਸ਼ਸ਼ੀਕਾਂਤ ਜੀ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਤਾਰਾ ਸੰਧੂ ਕਾਂਗਰਸ ਦੇ ਬੁਲਾਰੇ, ਡਾਕਟਰ ਤਾਰਾ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਇਹ ਉਸ ਮਾਲਵਾ ਬੈਲਟ ਨੂੰ ਬਿਲੋਂਗ ਕਰਦੇ ਹੈਗੇ ਡਾਕਟਰ ਤਾਰਾ ਸੰਧੂ ਹਰੀ, ਜਿੱਥੇ ਨਸ਼ੇ ਦਾ ਬੋਲਬਾਲਾ ਹੈਗਾ ਉਹ ਉਹਨਾਂ ਪਿੰਡਾਂ ਦੇ ਵਿੱਚ ਬਹੁਤ ਰੌਲਾ ਪਿਆ ਹੈਗਾ। ਡਾਕਟਰ ਤਾਰਾ ਸੰਧੂ ਉਹਨਾਂ ਪਿੰਡਾਂ ਬਾਰੇ ਵੀ ਚੰਗੀ ਤਰ੍ਹਾਂ ਜਾਣਦੇ ਹੈਗੇ ਆ, ਸਮਝਣ ਦੀ ਕੋਸ਼ਿਸ਼ ਕਰਾਂਗੇ ਸੱਚ ਕਿੱਥੇ ਹੈਗਾ ਅਤੇ ਸੱਚ ਨੂੰ ਸਰਕਾਰ ਫੜ ਕਿਉਂ ਨਹੀਂ ਸਕੀ। ਡਾਕਟਰ ਸੰਧੂ, ਤਾਰਾ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਸਤਿੰਦਰ ਸਿੰਘ ਗਿੱਲ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ ਸਤਿੰਦਰ ਸਿੰਘ ਗਿੱਲ, ਮਾਝਾ ਇਲਾਕੇ ਨੂੰ ਬਿਲੋਂਗ ਕਰਦੇ ਹੈਗੇ, ਮਾਝਾ ਇਲਾਕੇ ਨਾਲ ਤਲਕ ਰੱਖਦੇ ਹੈਗੇ, ਇਹਨਾਂ ਨੂੰ ਪਤਾ ਹੈਗਾ ਕਿ ਸਰਹੱਦ 'ਤੇ ਕਿਸ ਤਰੀਕੇ ਨਾਲ ਨਸ਼ਾ ਜਿਹੜਾ ਵਰਤਾਇਆ ਜਾਂਦਾ ਹੈਗਾ, ਅਤੇ ਸ਼੍ਰੋਮਣੀ ਅਕਾਲੀ ਦਲ ਦੀ ਅਤੇ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਉਸ ਵੇਲੇ ਕੀ ਕੀਤਾ ਇਹਨਾਂ ਤਸਕਰਾਂ ਨੂੰ ਫੜਨ ਦੇ ਲਈ? ਸਤਿੰਦਰ ਸਿੰਘ ਗਿੱਲ ਤੁਹਾਡਾ ਬਹੁਤ ਸਵਾਗਤ ਹੈ। ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂ। ਇਕਬਾਲ ਸਿੰਘ, ਆਮ ਆਦਮੀ ਪਾਰਟੀ ਦੇ ਬੁਲਾਰੇ ਇਕਬਾਲ ਸਿੰਘ ਹਰਾਂ ਨੂੰ ਨਸ਼ੇ ਦੇ ਮੁੱਦੇ ਦੇ ਉੱਤੇ ਇਹਨਾਂ ਨੇ ਬਹੁਤ ਜਿਹੜਾ ਸਿਆਸਤ ਕੀਤੀ ਹੈ, ਇਹਨਾਂ 'ਤੇ ਇਲਜ਼ਾਮ ਲੱਗਦੇ ਹੈਗੇ ਆ, ਪਰ ਇਕਬਾਲ ਸਿੰਘ ਹਰਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਮਾਫ਼ੀ ਮੰਗ ਕੇ ਤਾਂ ਨਹੀਂ ਇਹਨਾਂ ਨੇ ਸਾਰ ਲਿਆ, ਇਸ ਮੁੱਦੇ 'ਤੇ ਹੁਣ ਕਿੰਨਾ ਗੰਭੀਰ ਹੈਗਾ? ਇਕਬਾਲ ਸਿੰਘ ਜੀ ਤੁਹਾਡਾ ਬਹੁਤ ਸਵਾਗਤ ਹੈ। ਇਹਨਾਂ ਤੋਂ ਸਾਰੇ ਸਵਾਲ ਹੋਣਗੇ ਜ਼ਰੂਰ। ਸਭ ਤੋਂ ਪਹਿਲਾ ਸਵਾਲ ਸ਼ਸ਼ੀਕਾਂਤ ਸਾਹਿਬ ਤੁਹਾਨੂੰ ਕਰਨਾ ਚਾਹੂੰਗਾ। ਸ਼ਸ਼ੀਕਾਂਤ ਸਾਹਿਬ, ਤੁਸੀਂ ਬੜੀ ਲੰਬੀ ਲੜਾਈ ਲੜੀ ਹੈ ਇਸ ਮਾਮਲੇ ਦੇ ਵਿੱਚ, ਉਸ ਲੜਾਈ ਦੇ ਵਿੱਚ ਕੀ ਹੋਇਆ ਸੀਗਾ? ਕੋਰਟ ਹੁਣ ਜਦੋਂ ਇਹ ਗੱਲ ਕਹੇ ਕਿ STF ਨੂੰ ਸਟਰੈਂਥਨ ਕੀਤਾ ਜਾਣਾ ਚਾਹੀਦਾ ਹੈਗਾ, ਜਿਹੜੀ STF ਪਹਿਲਾਂ ਬਣਾਈ ਗਈ ਹੈਗੀ ਆ ਉਹਦਾ ਮੁਖੀ ਵੀ ਚੇਂਜ ਕਰ ਦਿੱਤਾ ਗਿਆ ਹੈਗਾ, ਉਹ STF ਕੀ ਗੱਲ ਕਾਬਿਲ ਨਹੀਂ ਹੈਗੀ? ਹਾਂਜੀ, ਮੈਂ ਇੱਕ ਲੜਾਈ ਜ਼ਰੂਰ ਲੰਬੀ ਲੜੀ ਹੈਗੀ ਹੈ, ਔਰ ਬਾਅਦ ਦੇ ਵਿੱਚ ਅਸਫਲ ਹੋ ਕਰਕੇ ਮੈਂ ਵੀ ਆਪਣੇ ਘਰੇ ਚੁੱਪ ਚਾਪ ਹੋ ਕੇ ਬਹਿ ਗਿਆ ਹੈਗਾ, ਕਿਉਂਕਿ ਪੰਜਾਬ ਸਿਰਫ ਮੇਰੇ ਪਿਓ ਦਾ ਨਹੀਂ ਹੈਗਾ, ਜਿੰਨੇ ਵੀ ਇਸੇ ਪੰਜਾਬੀ ਹੈਗੇ ਨੇ ਸਾਰਿਆਂ ਦਾ ਪਿਓ ਦਾ ਹੈਗਾ, ਜੇ ਬਾਕੀ ਜਿਹੜੇ ਬੰਦੇ ਹੈਗੇ ਨੇ ਜਾਂ ਉਹਨਾਂ ਦੇ ਪਿਓ ਹੈਗੇ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਹੈਗਾ, ਤਾਂ ਮੈਨੂੰ ਕੀ ਫਰਕ ਪੈਂਦਾ ਹੈਗਾ? ਸੋਰੀ, ਮੈਂ ਬਿਟਰ ਹੈਗਾ ਜਿਹੜੀ ਗੱਲ ਕਰ ਰਿਹਾ। ਕੋਈ ਗੱਲ ਨਹੀਂ, ਤੁਹਾਨੂੰ ਗੁੱਸਾ ਆ ਗਿਆ। ਇਹ ਜਿਹੜੀ ਗੱਲ ਹੈਗੀ ਹੈ,
ਜਿਹੜੇ ਹੁਕਮਨਾਮਾ ਪਾਸ ਹੋਇਆ ਹੈਗਾ ਹੈ, ਲਗਾਤਾਰ ਪਹਿਲੇ ਵੀ ਹੁਕਮਨਾਮੇ ਪਾਸ ਹੋਏ ਹੈਗੇ ਨੇ, 20359 ਔਰ 2013 ਜਿਹੜਾ ਕੇਸ ਸੀ ਉਹਦੇ ਵਿੱਚ ਵੀ ਇਹ ਸਾਰੀ ਇੰਸਟਰਕਸ਼ਨਸ ਜਿਹੜੀ ਹੈਗੀਆਂ ਨੇ ਡਿਟੇਲ ਦੇ ਵਿੱਚ ਪਾਸ ਹੋਈਆਂ ਸਨ, ਪਰ ਇਹਦੇ 'ਚ ਕੋਈ ਵੀ ਕਾਰਵਾਈ ਕਿਸੇ ਵੀ ਸਰਕਾਰ ਵੱਲੋਂ ਨਹੀਂ ਹੋਈ। ਰੀਜ਼ਨ ਸਿਰਫ ਇਹੀ ਹੈਗਾ ਹੈ ਕਿ ਵੈਸਟਡ ਇੰਟਰਸਟ ਅਤੇ ਜਿਹੜੇ ਡਰੱਗ ਸਮਗਲਰਸ ਅਤੇ ਡਰੱਗ ਪੈਡਲਿੰਗ ਡਰੱਗ ਪੈਡਲਰਸ ਦੀ ਲਿਸਟ ਬਣਨੀ ਚਾਹੀਦੀ ਹੈਗੀ ਹੈ, ਇਹ ਗੱਲ ਪਹਿਲੇ ਕਦੇ ਨਹੀਂ ਹੋਈ। ਇਹੀ ਹੁੰਦਾ ਸੀ ਕਿ ਡਰੱਗ ਪੈਡਲਰਸ ਜਿਹੜੇ ਹੈਗੇ ਨੇ ਡਰੱਗ ਡੌਨਸ ਜਿਹੜੇ ਹੈਗੇ ਨੇ, ਐਸਟੀਐਫ ਤੋਂ ਕੋਰਟ ਖੁਸ਼ ਨਹੀਂ ਹੈਗੀ। ਐਸਟੀਐਫ ਨੂੰ ਖੋਟ ਪਹਿਲੇ ਵਾਲੀ ਮੇਰੇ ਖਿਆਲ ਜਿੱਥੇ ਤੱਕ ਮੈਨੂੰ ਪਤਾ ਹੈ ਬਹੁਤ ਖੁਸ਼ ਨਹੀਂ ਸੀ, ਕਿਉਂਕਿ ਜਿਹਦੇ 'ਚ ਉਹਨਾਂ ਨੇ ਰਿਪੋਰਟਸ ਤਾਂ ਬਹੁਤ ਪੇਸ਼ ਹੋਈਆਂ ਸਨ, ਪਰ ਬੇਸਿਕ ਗੱਲ ਆਉਂਦੀ ਹੈ ਕਿ ਸਿੱਟਾ ਕੀ ਨਿਕਲਿਆ, ਉਹਦਾ ਕੋਈ ਸਿੱਟਾ ਪਹਿਲੇ ਵੀ ਨਹੀਂ ਨਿਕਲਿਆ ਸੀ। ਹੁਣ ਐਸਟੀਐਫ ਦਾ ਜੇ ਮੁੜ ਕੇ ਗਠਨ ਹੋਏਗਾ, ਚੰਗੀ ਗੱਲ ਹੈਗੀ ਹੈ, ਉਮੀਦ ਕਰਨਾ ਚਾਹੀਦਾ ਹੈਗਾ ਕਿ ਇਸ ਬਾਰੇ ਕਿਸੇ ਨਾ ਕਿਸੇ ਦੇ ਪਿਓ ਦਾ ਪੰਜਾਬ ਜ਼ਰੂਰ ਨਿਕਲ ਆਏ। ਠੀਕ, ਆਈ ਵਿਸ਼ ਹਿਮ ਆਲ ਦਾ ਸਕਸੈਸ। ਠੀਕ ਹੈ, ਡਾਕਟਰ ਸੰਧੂ, ਡਾਕਟਰ ਤਾਰਾ ਸੰਧੂ ਜੀ, ਡਾਕਟਰ ਤਾਰਾ ਸੰਧੂ, ਤੁਹਾਡੀ ਐਸਟੀਐਫ 'ਤੇ ਸਵਾਲ ਚੁੱਕੇ ਗਏ ਹੈਗੇ ਆ ਜੀ, ਐਸਟੀਐਫ 'ਤੇ ਪਹਿਲਾਂ ਵੀ ਸਵਾਲ ਚੁੱਕੇ ਗਏ ਆ, ਮੈਂ ਚਾਹੁੰਦਾ ਸੰਜੀਦਾ ਚਰਚਾ ਹੋਣੀ ਚਾਹੀਦੀ ਹੈ। ਡਾਕਟਰ ਤਾਰਾ ਸੰਧੂ, ਤੁਹਾਡੇ ਵਿਧਾਇਕਾਂ ਨੇ ਵੀ ਸਵਾਲ ਚੱਕੇ ਹੈਗੇ, ਉਹਨਾਂ ਦੇ ਕਾਰਨ ਕੁਝ ਵੀ ਹੋ ਸਕਦੇ ਆ ਜੀ। ਮੇਰਾ ਸਵਾਲ ਹੈਗਾ, ਐਸਟੀਐਫ ਨੂੰ ਸਟਰੈਂਥਨ ਕਰਨ ਲਈ ਸਰਕਾਰ ਨੇ ਕੀ ਕੀਤਾ? ਪਹਿਲਾਂ ਐਸਟੀਐਫ ਮੁਖੀ ਇਹ ਗੱਲ ਕਹਿੰਦੇ ਰਹੇ ਕਿ ਮੈਨੂੰ ਪੂਰਾ ਸਟਾਫ ਹੀ ਨਹੀਂ ਮਿਲਿਆ, ਮੈਂ ਕਰਾਂਗੇ, ਅਤੇ ਹੁਣ ਨਵੇਂ ਐਸਟੀਐਫ ਮੁਖੀ ਨੂੰ ਲਾ ਕੇ ਤੁਸੀਂ ਕਰ ਕੀ ਲਿਆ? ਉਹਨਾਂ ਨੇ ਆਪਣੀ ਰਿਪੋਰਟ ਦਿੱਤੀ ਆ ਪੂਰੀ ਐਡੀ ਵੱਡੀ, ਮੇਰੇ ਕੋਲ ਹੈਗਾ, ਮੈਂ ਪੂਰਾ ਪੜ੍ਹ ਕੇ ਸੁਣਾਉਣ ਲੱਗ ਪਵਾਂ ਤਾਂ ਸਮਾਂ ਹੀ ਖਤਮ ਹੋ ਜਾਊਗਾ, ਅਤੇ ਕੋਰਟ ਨੂੰ ਫਿਰ ਕਿਉਂ ਕਹਿਣਾ ਪੈ ਰਿਹਾ? ਦੇਖੋ ਜੀ, ਕੋਰਟ ਨੂੰ ਇਸ ਕਰਕੇ ਕਹਿਣਾ ਪੈ ਰਿਹਾ ਕਿ ਕੋਰਟ ਨਸ਼ਿਆਂ ਬਾਰੇ ਗੰਭੀਰ ਹੈ। ਨਹੀਂ ਦੱਸਦਾ ਨਾ ਮੈਂ ਕਿਵੇਂ ਗੰਭੀਰ ਹੈ, ਪਰ ਜਿਹੜੀਆਂ ਉਹਨਾਂ ਨੇ ਇਹ 25 ਹਦਾਇਤਾਂ ਦਿੱਤੀਆਂ, ਉਹਨਾਂ 'ਚੋਂ ਆਲਰੇਡੀ ਕਈ ਇੰਪਲੀਮੈਂਟ ਹੋ ਰਹੀਆਂ। ਫਾਰ ਐਗਜ਼ਾਮਪਲ, ਉਹਨਾਂ ਨੇ ਕਿਹਾ ਵੀ ਸਕੂਲਾਂ ਅਤੇ ਕਾਲਜਾਂ ਦੇ ਬੱਚਿਆਂ ਨੂੰ ਐਜੂਕੇਟ ਕਰੋ, ਉਹ ਆਲਰੇਡੀ ਵੱਡੀ ਪ੍ਰੋਗਰਾਮ ਮਿਲਟਰੀ ਤੋਂ ਮਾਡਲ ਲੈ ਕੇ ਉਹ ਤਰਨ ਤਾਰਨ 'ਚ ਲਾਂਚ ਹੋ ਕੇ ਉਹ ਚੱਲ ਰਿਹਾ, ਔਰ 5.5 ਲੱਖ ਦੇ ਕਰੀਬ ਉਹਨਾਂ ਨੇ ਜਿਹੜੇ ਹੈ ਸਟੂਡੈਂਟਸ ਨੂੰ ਕਵਰ ਵੀ ਕੀਤਾ, ਔਰ 10 ਸਟੂਡੈਂਟ ਪਿੱਛੇ ਜਿਨ੍ਹਾਂ ਨੂੰ ਦੱਸਦਾ ਕਰਨਾ ਕੀ ਹੁੰਦਾ, 10 ਸਾਲ ਚਲੇ ਜਾਓ, ਉਹਦੇ ਬਾਅਦ ਕੋਈ ਫੋਲੋ ਅਪ ਨਹੀਂ। ਉਹ ਇਹ ਠੀਕ ਹੈ ਕਿ ਆਪਾਂ ਇਹਦੀ ਇੱਕ ਕੰਟੀਨਿਊਟੀ ਰਹਿਣੀ ਚਾਹੀਦੀ ਹੈ। ਉਹਦਾ ਕਾਰਨ ਹੈ ਕਿ ਜਿਹੜਾ ਇੱਕ ਵਾਰ ਨਸ਼ੇ 'ਤੇ ਲੱਗ ਜਾਂਦਾ ਬੰਦਾ, ਜਿੰਨੀ ਦੇਰ ਤੱਕ ਫਿਜ਼ੀਕਲੀ ਅਤੇ ਮੈਂਟਲੀ ਉਹਦੇ ਵਿੱਚੋਂ ਨਹੀਂ ਨਿਕਲਦੀ ਜ਼ਹਿਰ ਇਹ ਨਸ਼ੇ ਦੀ ਵਾਲੀ ਲੱਤ, ਉਹਨਾਂ ਚਿਰ ਉਹ ਦੁਬਾਰਾ ਵੀ ਕਈ ਵਾਰੀ ਲੱਗ ਜਾਂਦਾ। ਪਰ ਸਕੂਲਾਂ ਨੂੰ ਕਿਵੇਂ ਬਚਾਇਆ ਜਾਵੇ, 10 ਸਟੂਡੈਂਟ, ਉਹਨਾਂ ਦਾ ਇਕਨੋਮਿਕ ਸਟੇਟਸ ਵੱਖਰਾ ਵੱਖਰਾ, ਉਹਨਾਂ ਦੇ ਰਿਲੀਜਨ ਵੱਖਰੇ ਵੱਖਰੇ, ਉਹਨਾਂ ਦੀ ਕਾਸਟ ਵੱਖਰੇ ਵੱਖਰੇ, ਲੈ ਕੇ ਉਹਨਾਂ ਮਗਰ ਇੱਕ ਟੀਚਰ ਲਾਇਆ ਗਿਆ। ਇਸ ਕਰਕੇ ਇਹ ਕਵਰ ਕਰਨ ਦਾ ਆਲਰੇਡੀ ਕਈ ਪ੍ਰੋਗਰਾਮ ਚੱਲੇ ਹਨ, ਪਰ ਜਿਹੜੀਆਂ ਨਵੀਆਂ ਗੱਲਾਂ, ਸਕੂਲਾਂ ਵਿੱਚ ਵੀ ਰਿਲੀਜਨ ਕਾਸਟ ਦਾ ਪਾਠ ਪੜ੍ਹਾਉਣੇ ਪਏ? ਨਹੀਂ ਜੀ, ਉਹ ਤਾਂ ਜਦੋਂ ਆਪਾਂ ਰਿਜ਼ਰਵੇਸ਼ਨ ਦਿੰਦੇ ਹਾਂ ਤਾਂ ਉਹ ਤਾਂ ਗੌਰਮੈਂਟ ਲੈਵਲ 'ਤੇ ਹੀ, ਸੈਂਟਰ ਤੋਂ ਲੈ ਕੇ ਹਰ ਥਾਂ ਹੀ ਹੁੰਦਾ, ਅਸੀਂ ਉਹਦੇ ਮੁਤਾਬਕ ਹੀ ਕੰਮ ਕਰਾਂਗੇ। ਨਹੀਂ, ਉਹ ਤਾਂ ਰੀਜ਼ਨ ਹੈ ਵੀ ਜਿਹੜੀ ਇਹਦੇ ਵਿੱਚ ਸੋਸਾਇਟੀ ਦੀ ਇਨਵੋਲਵਮੈਂਟ ਹੈ, ਸੋਸ਼ੀਓਲੋਜੀ ਹੈ ਜਿਹੜੀ, ਠੀਕ ਹੈ, ਸਰਕਾਰ ਯਾਨੀ ਕਿ ਪੱਲਾ ਝਾੜ ਰਹੀ ਹੈ, ਸਰਕਾਰ ਪੱਲਾ ਝਾੜ ਰਹੀ ਹੈ, ਨਹੀਂ ਕੋਈ ਪੱਲਾ ਨਹੀਂ ਝਾੜ ਰਹੀ। ਹਾਂਜੀ, ਸੱਚੀ ਗੱਲ, ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਪ੍ਰੋਗਰਾਮ ਦਾ ਇੰਪਲੀਮੈਂਟੇਸ਼ਨ ਹੋਇਆ, ਉਹਦਾ ਇਨੋਗਰੇਸ਼ਨ ਹੋ ਗਿਆ, ਦੈਟਸ ਵਨ ਥਿੰਗ। ਪੰਜਾਬ ਤੇ ਪੰਜਾਬ ਦੀ ਜਨਤਾ ਚਾਹੁੰਦੀ ਹੈਗੀ ਹੈ ਕਿ ਉਹਦਾ ਅਲਟੀਮੇਟ ਰਿਜ਼ਲਟ ਕਿੰਨਾ ਨਿਕਲਿਆ। ਤੁਸੀਂ ਉਸ ਡਿਬੇਟ ਵਿੱਚ ਸ਼ਾਮਲ ਸੀਗੇ ਮੇਰੇ ਨਾਲ, ਜਿਹੜੀ ਭਾਰਤ ਦੀ ਪਹਿਲੀ ਮਹਿਲਾ ਆਈ ਪੀ ਐਸ ਅਫਸਰ ਹੈ ਕਿਰਨ ਬੇਦੀ, ਉਹਨਾਂ ਦੀ ਵੀ ਡਿਊਟੀ ਲੱਗੀ ਸੀਗੀ ਇੱਥੇ, ਉਹਨਾਂ ਨੇ ਕੀ ਕਰ ਲਿਆ ਅਕਾਲੀ ਭਾਜਪਾ ਸਰਕਾਰ ਵੇਲੇ? ਮੈਂ ਉਹੀ ਕਹਿ ਰਿਹਾ ਹੈਗਾ, ਇੰਪਲੀਮੈਂਟੇਸ਼ਨ ਬਹੁਤ ਹੁੰਦਾ, ਇਨੋਗਰੇਸ਼ਨ ਹੁੰਦਾ, ਸਮਾਪਤੀ ਹੁੰਦੀ ਹੈ, ਲੈਕਚਰ ਹੁੰਦੇ, ਪਰ ਪੰਜਾਬ ਅਤੇ ਪੰਜਾਬ ਦੀ ਜਨਤਾ ਚਾਹੁੰਦੀ ਹੈਗੀ ਹੈ ਕਿ ਉਸ ਪ੍ਰੋਗਰਾਮ ਦਾ ਅਲਟੀਮੇਟ ਸਿੱਟਾ ਕੀ ਨਿਕਲਿਆ ਸੀ, ਵਾਟ ਇਜ਼ ਦਾ ਰਿਜ਼ਲਟ ਦੇਅਰ ਆਫ। ਕੋਈ ਵੀ ਸਰਕਾਰ ਜਿੰਨੇ ਵੀ, ਚਾਹੇ ਕਿਰਨ ਬੇਦੀ ਨੇ ਸ਼ੁਰੂ ਕੀਤਾ ਹੋਵੇ ਚਾਹੇ ਕਿਸੇ ਹੋਰ ਨੇ ਸ਼ੁਰੂ ਕੀਤਾ, ਉਹਦਾ ਅਲਟੀਮੇਟ ਸਿੱਟਾ ਕੀ ਨਿਕਲਿਆ ਪੰਜਾਬ ਸਰਕਾਰ ਲੋਕਾਂ ਨੂੰ ਇਹ ਦੱਸ ਦੇ। ਡਾਕਟਰ ਗਰਗ, ਹੁਣ ਸਿਹਤ ਅਤੇ ਸਿੱਖਿਆ ਮਹਿਕਮਾ ਦੋਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ, ਸਿਹਤ ਅਤੇ ਸਿੱਖਿਆ ਮਹਿਕਮਾ ਕਿਸ ਤਰੀਕੇ ਨਾਲ ਕੰਮ ਕਰੂਗਾ? ਡੀ ਸੀ ਨੋਡਲ ਅਫਸਰ ਹੈ ਅਤੇ ਡੀ ਸੀ ਸਾਹਿਬ ਤਾਂ ਪਹਿਲੇ ਨੋਡਲ ਅਫਸਰ ਹੁੰਦੇ ਆ, ਨਵਾਂ ਕੀ ਅੰਚ? ਦੇਖੋ, ਜਿਸ ਸਵਾਲ ਹੈ, ਮਾਨਯੋਗ ਅਦਾਲਤ ਨੇ ਇਹ ਜਾਰੀ ਕਰੀਆਂ ਨੇ ਹਦਾਇਤਾਂ, ਇਹ ਹਦਾਇਤਾਂ ਦੀ ਇੰਪਲੀਮੈਂਟੇਸ਼ਨ 'ਚ ਜਾ ਜਾਵਾਂਗੇ। ਸਿਹਤ ਸਿੱਖਿਆ ਦੀ ਵੀ ਗੱਲ ਵੀ ਹਰੇਕ ਇੰਸਟੀਟਿਊਸ਼ਨ ਦੇ ਅੱਗੇ ਇੱਕ ਲਾਉਣਾ। ਹੁਣ ਸਿੱਖਿਆ ਦੀਆਂ ਇੰਸਟੀਟਿਊਸ਼ਨਾਂ ਜਿਹੜੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲ ਨੇ ਉਹ 9900 ਨੇ, 4700 ਪਲੱਸ 4200 ਪੰਜਾਬ ਦੇ ਵਿੱਚ, ਕਿਉਂਕਿ ਪ੍ਰਾਈਵੇਟ 'ਚ ਵੀ ਲਾਉਣਾ। 1000 ਜਿਹੜਾ ਸਕੂਲ ਕਾਲਜ ਹੈ ਉਹ ਪੋਲੀਟੈਕਨਿਕ, ITI, IIT, ITI ਅਤੇ ਇੰਜੀਨੀਅਰਿੰਗ ਕਾਲਜ ਹੈ। 1000 ਹੈਗਾ ਜਿਹਦੇ 'ਚ ਨਰਸਿੰਗ ਕਾਲਜ ਆ ਗਏ, BEd ਕਾਲਜ ਆ ਗਏ, ਅਦਰ ਕਾਲਜਸ ਆ ਗਏ, ਅਤੇ ਇਹ ਜਦ ਤੁਸੀਂ ਗਿਣਦੇ 12-13 ਹਜ਼ਾਰ ਵਾਸਤੇ ਟੋਟਲ ਨਫਰੀ ਪੰਜਾਬ ਦੇ ਵਿੱਚ ਪੁਲਿਸ ਦੀ ਨਾ
ਇਹਨਾਂ ਦੀ ਆਪਦੀ ਫਿਗਰ ਜੋ ਹੈ ਉਹ 69,569 ਹੈ। ਉਹਦੇ 'ਚੋਂ 560 ਤਾਂ ਅਫਸਰ ਨੇ, ਯਾਨੀ ਕਿ SI ਵਗੈਰਾ ਮੈਂ ਬਹੁਤਾ ਡੈਜੀਗਨੇਸ਼ਨ ਜਨਾ ਵੀ ਜਾਵਾਂ, ਜਿਹਨੂੰ ਉਹ NGO ਤੱਕ ਲੈਂਦੇ ਨੇ ਉਹ ਤਕਰੀਬਨ 69,000 ਬੰਦਾ। ਸੋ ਜੇ ਉਹਦੇ ਵਿੱਚੋਂ ਦੋ ਬੰਦੇ ਐਟ ਏ ਟਾਈਮ ਚਾਹੀਦੇ ਨੇ, ਬਲਕਿ ਤਿੰਨ ਚਾਹੀਦੇ ਨੇ, ਕਿਉਂਕਿ ਰੋਜ਼ ਲਾਉਣੇ, ਚਲ ਛੁੱਟੀ ਵਾਲਾ ਰੋਜ਼ ਸਕੂਲ ਵੀ ਛੁੱਟੀ ਹੁੰਦੀ ਹੈ ਜੇ ਆਪਾਂ, ਅਤੇ ਦੋ ਬੰਦੇ ਰੋਜ਼ ਲਾ ਕੇ ਅਤੇ ਤੁਸੀਂ 25,000 ਬੰਦਾ ਤਾਂ ਇੱਥੇ ਲਾਤਾ, ਅਤੇ ਫਿਰ ਤੁਸੀਂ ਬਾਕੀ ਰੋਜ਼ ਕ੍ਰਾਈਮ ਹੁੰਦੇ ਨੇ, ਰੋਜ਼ ਐਕਸੀਡੈਂਟ ਹੁੰਦੇ ਨੇ, ਅਤੇ ਰੋਜ਼ ਹੋਰ 100 ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਲਾ ਐਂਡ ਆਰਡਰ ਦੀਆਂ, ਅਤੇ ਬੜੀ VIP ਸਿਕਿਉਰਿਟੀ ਬੜੀ ਆ, ਉੱਥੇ ਖੜਾਉਣੇ ਨੇ, ਉੱਧਰ ਭੇਜਣਾ, ਇੱਥੇ ਭੇਜਣਾ, ਉਹ ਤੁਸੀਂ ਕਿੱਥੋਂ ਲਿਆਓਗੇ ਪੁਲਿਸ? ਤੁਹਾਨੂੰ ਤਰਕ ਸੰਗਤ ਨਹੀਂ ਲੱਗਦੀ? ਮੈਂ ਨਹੀਂ ਮੈਂ ਇਹ ਤਰਕ ਸੰਗਤ ਨਹੀਂ, ਮੈਂ ਇਹ ਕਹਿਣਾ ਵੀ ਆਹ ਗੱਲ ਹੈ ਇੱਕ, ਇਹਨੂੰ ਦੇਖਣਾ ਪਏਗਾ, ਠੀਕ ਹੈ, ਵੀ ਇਹ ਕੀ ਅਸੀਂ ਪੁਲਿਸ ਨੂੰ ਇਸ ਪਾਸੇ ਲਾਵਾਂਗੇ ਪਹਿਲਾਂ ਜਿਵੇਂ ਸਰਕਾਰ ਨੇ। ਦੂਜਾ ਜਿਹੜਾ ਹੈਗਾ ਵੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਨੋ ਡਾਊਟ ਉੱਥੇ ਤੁਸੀਂ ਲਾਤਾ ਕਿ ਵੀ ਕੋਈ ਵਾਈਟ ਮਤਲਬ ਮਸਤੀ ਦੇ ਵਿੱਚ ਬੰਦਾ ਲੁਕਿਆ ਰਹੇਗਾ, ਦੇਖਦਾ ਰਹੇਗਾ, ਵਿਜਿਟ ਕਰੇਗਾ। ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਮਸਤੀ 'ਚ ਵੀ ਤੁਰੇ ਫਿਰਦੇ ਨੇ, ਸਭ ਤੋਂ ਜ਼ਿਆਦਾ ਇੱਥੇ ਕੰਟਰੋਲ ਮੰਨਿਆ ਜਾਂਦਾ, ਇੱਥੇ ਵੀ ਨਸ਼ਾ ਬਹੁਤ ਵਿਕਦਾ, ਇਹ 'ਚ ਕੋਈ ਦੋ ਰਾਏ ਨਹੀਂ ਹੈਗੀਆਂ। ਸੋ ਇਹ ਨਸ਼ਾ ਐਂ ਕੰਟਰੋਲ ਹੀ ਨਹੀਂ ਹੋਣਾ ਇਹਦੇ ਵਿੱਚ ਵੀ। ਤੁਸੀਂ ਹੁਣ ACP ਨੇ, ਮੈਂ ਇੱਕ ਹੋਰ ਗੱਲ 'ਤੇ ਜਾਣਾ ਵੀ ਜੇ ਤੁਸੀਂ ਡਰੱਗ ਵਾਲੇ ਨੂੰ ਫੜਨਾ ਹੈ ਤਾਂ ACP ਨੇ ਜਾਣਾ ਡਰੱਗ ਦੀ ਦੁਕਾਨ ਦੇ ਉੱਤੇ ਡਰੱਗ ਇੰਸਪੈਕਟਰ ਨਾਲ। ACP ਕਿੰਨੇ ਨੇ ਅਤੇ ਡਰੱਗ ਵੇਚਣ ਵਾਲੇ ਕਿੰਨੇ ਨੇ ਪੰਜਾਬ 'ਚ, ਕਿੰਨੀਆਂ ਸ਼ੋਪਸ ਨੇ, ਅਤੇ ਫਿਰ ਤਾਂ ਤੁਸੀਂ ਕਿਸੇ ਨੂੰ ਫੜ ਹੀ ਨਹੀਂ ਸਕਦੇ। ਬਲਕਿ ਆਪਾਂ ਦੇਖਦੇ ਨਾ, ਆਪਾਂ ਮੈਨ ਪਾਵਰ ਦੇ ਹਿਸਾਬ ਨਾਲ ਉਹ ਫੈਸਲੇ ਕਰਦੇ ਹਾਂ, ਉਹ ਮੈਨੂੰ ਐਂ ਨਹੀਂ ਲੱਗਦਾ। ਮੈਂ ਤੁਹਾਡੇ ਅੰਕੜੇ 'ਤੇ ਆ ਜਾਂਦਾ, ਇਹਦਾ ਮਤਲਬ ਇਹ ਹੈ ਕਿ ਸਰਕਾਰ ਸਹੀ ਕਹਿ ਰਹੀ ਹੈ ਕਿ ਸਾਡੇ ਕੋਲ ਉਨਾ ਸਾਜੋ ਸਮਾਨ ਜਾਂ ਸਾਡੇ ਕੋਲ ਉਨੀ ਨਫ਼ਰੀ ਨਹੀਂ ਹੈਗੀ ਜਿੰਨਾ ਅਸੀਂ ਨਸ਼ੇ 'ਤੇ ਨੱਥ ਪਾ ਸਕੀਏ। ਨਹੀਂ, ਮੈਂ ਇਸ ਗੱਲ 'ਤੇ ਨਹੀਂ ਜਾਂਦਾ, ਮੈਂ ਨਫ਼ਰੀ ਨਾਲ ਨੱਥ ਪੈਣੀ ਨਹੀਂ, ਮੈਂ ਇਹ ਗੱਲ ਕਹਿਣਾ ਇਹ ਲਾ ਐਂਡ ਆਰਡਰ ਦਾ ਇਸ਼ੂ ਨਹੀਂ ਹੈ, ਇਸ਼ੂ ਨਹੀਂ ਹੈ। ਇਹ ਪਹਿਲਾਂ ਅਕਾਲੀ ਸਰਕਾਰ ਨੇ ਬੜਾ ਜ਼ੋਰ ਲਾ ਲਿਆ, ਉਹਨੇ ਵੀ ਲਾ ਐਂਡ ਆਰਡਰ ਬਿਲਕੁਲ ਇਹ ਜੋ ਕਰ ਰਹੇ ਨੇ ਉਹਨੇ ਵੀ ਕਰਿਆ, ਇਹਨਾਂ ਨੇ ਥੋੜ੍ਹੇ ਜਿਹੇ ਹੁਣ ਇਹ ਕਰਤਾ ਡੈਪੋ ਫਿਰ ਇਸ਼ੂ ਕਰ, ਇਕੱਲੀ ਅਵੇਅਰਨੈਸ ਹੈ। ਮੈਂ ਦੱਸ ਦੇਣਾ ਡੈਪੋ ਬਣਾ ਕੇ 5.5 ਲੱਖ ਬੰਦਾ ਜਿਹੜਾ ਇਹਨਾਂ ਨੇ ਕਰਿਆ, ਉਹ ਕਹਿੰਦਾ ਕਾਗਜ਼ 'ਤੇ ਨਹੀਂ, ਮੈਂ ਥੋੜ੍ਹਾ ਜਿਹਾ ਇਸ 'ਤੇ ਡਿਫਰ ਕਰਨਾ ਵੀ ਉਹਨੇ ਕੁਛ ਕੰਮ ਕਰਿਆ, ਪਰ ਉਹਨੇ ਐਂ ਨਹੀਂ ਕਰਿਆ ਵੀ ਆਪਾਂ ਕੀ ਉਹਦੇ ਨਾਲ ਸਾਰਾ ਕੁਛ ਅਵੇਅਰਨੈਸ ਵੀ ਹੋ ਜੂ, ਸਾਰਾ ਕੁਛ ਹੋ ਜੂਗਾ, ਉਹ ਇੱਕ ਸਟੈਪ ਹੈ। ਪਰ ਜਿਹੜੇ ਲੋੜ ਸੀ ਉਹ ਕਾਂਗਰਸ ਸਰਕਾਰ, ਮੌਜੂਦਾ ਸਰਕਾਰ ਇੱਕ ਬੜਾ ਵੱਡਾ ਮੌਕਾ ਗੁਆ ਗਈ, ਸਹੁੰ ਚੁਕਾਈ ਉੱਥੇ ਇਕੱਠੇ ਕਰਕੇ ਜ਼ਿਲ੍ਹਿਆਂ ਅਤੇ ਸਰਪੰਚਾਂ ਪੰਚਾਂ ਨੂੰ ਨਾਲ ਕਹਿਤਾ ਵੀ ਤੁਸੀਂ ਨਸ਼ੇ ਦਾ ਕਰੋ, ਤੁਸੀਂ ਉਹਨਾਂ ਨੂੰ ਕਹੋ ਆਪਦੇ ਪਿੰਡ ਦਾ ਇਕੱਠ ਕਰੋ ਭਾਈ, ਉੱਥੇ ਸਹੁੰ ਚੁੱਕੋ, ਨਾਲੇ ਪਿੰਡ ਦੇ ਲੋਕਾਂ ਕੋਲ ਵਾਅਦਾ ਕਰੋ ਵੀ ਆਪਾਂ ਸਾਰੇ ਰਲ ਕੇ ਆਪਣੇ ਪਿੰਡ 'ਚ ਨਸ਼ਾ ਨਹੀਂ ਹੋਣ ਦੇਣਾ। ਉਹ ਜ਼ਿਆਦਾ ਸੌਖਾ ਹੋਣਾ ਸੀ, ਪੈਸਾ ਵੀ ਨਹੀਂ ਲੱਗਣਾ ਸੀ, ਉੱਥੇ ਲੋਕਾਂ ਦੇ ਸਾਹਮਣੇ ਵੀ ਵਾਅਦਾ ਕਰਨਾ ਸੀ, ਉਹ ਪੰਚ ਸਰਪੰਚ ਨੇ ਸਾਰਿਆਂ ਨੇ, ਅਤੇ ਉਹਦਾ ਇੰਪੈਕਟ ਜ਼ਿਆਦਾ ਹੋਣਾ ਸੀ। ਡੀਸੀ ਦਾ ਇੰਪੈਕਟ ਨਹੀਂ, ਡੀਸੀ ਨੂੰ ਤਾਂ ਇਹੀ ਨਹੀਂ ਪਤਾ ਹੁੰਦਾ ਵੀ ਮੇਰੇ ਕੋਲ ਮਹਿਕਮੇ ਕਿੰਨੇ ਨੇ। ਇੱਕ ਸਵਾਲ ਦਾ ਹੋਰ ਜਵਾਬ ਦੇ ਦਿਓ, ਨਸ਼ੇ ਦਾ ਇਲਾਜ ਜਿਹੜਾ ਹੈ ਸਿਹਤ ਮਹਿਕਮਾ ਕਰਦਾ ਹੈਗਾ, ਜਾਂ ਨਸ਼ੇ ਦੇ ਨਾਲ ਮੌਤਾਂ ਕਿੰਨੀਆਂ ਹੋਈਆਂ, ਇਹਦਾ ਕੋਈ ਡਾਟਾ ਸਿਹਤ ਮਹਿਕਮੇ ਕੋਲ ਹੈ? ਬਿਲਕੁਲ ਹੈਗਾ ਡਾਟਾ, ਹਾਂ ਡਾਟਾ ਉਹ ਹਮੇਸ਼ਾ ਪ੍ਰੇਸ ਵੀ ਕਰਦੇ ਨੇ, ਸਭ ਕੁਛ ਕਰਦੇ ਨੇ, ਔਰ ਹਰ ਸਾਲ ਦਾ ਡਾਟਾ ਛਪਦਾ ਵੀ ਹੈ। ਜਿਵੇਂ ਪਿਛਲੀ ਸਰਕਾਰ ਨੇ ਕਿਹਾ ਸੀ 6.25 ਲੱਖ ਕਰੀਬ 6.5 ਲੱਖ ਬੰਦਾ OPD 'ਚ ਟ੍ਰੀਟ ਕਰਿਆ, ਹਰ ਸਾਲ ਦਾ ਡਾਟਾ ਵੀ 11 'ਚ ਕਿੰਨੇ, 12 'ਚ ਕਿੰਨੇ, 13 'ਚ ਕਿੰਨੇ। ਇਹ ਸਰਕਾਰ ਨੇ ਕਿਹਾ ਵੀ ਅਸੀਂ 2 ਸਾਲਾਂ 'ਚ ਪਿਛਲੇ 'ਚ ਪ੍ਰਾਈਵੇਟ 'ਚ ਕਿੰਨੇ ਟ੍ਰੀਟ ਕਰੇ, ਸਰਕਾਰੀ 'ਚ ਕਿੰਨੇ ਕਰੇ, ਤਕਰੀਬਨ 3.75 ਲੱਖ ਦਾ ਉਹ ਵੀ ਡਾਟਾ OPD 'ਚ ਵੀ ਬਣ ਵੀ ਊਟ ਕੇਂਦਰਾਂ 'ਚ ਕਿੰਨੇ ਕਰੇ, ਊਟ ਕੇਂਦਰ ਸਾਡੇ ਕੋਲ ਕਿੰਨੇ ਨੇ, ਕਿੰਨੇ ਦੱਸੀ, ਇਹ ਹੈਗਾ ਡਾਟਾ। ਪਲੀਜ਼ ਲੈਟ ਮੀ ਕੰਪਲੀਟ। ਇਹ ਕਹਿੰਦੇ ਅਸੀਂ ਕਰੇ ਇਲਾਜ ਕਰਾਉਣ ਵਾਸਤੇ ਸਾਡੇ ਕੋਲ ਆਏ, ਆਈ ਐਮ ਸੇਇੰਗ ਦਿਸ ਥਿੰਗ ਕਿ ਇਲਾਜ ਕਰਾਉਣ ਆਏ, ਉਹ ਤਾਂ ਜਿਹੜਾ ਰਜਿਸਟਰ ਉਹ ਹੀ ਆਇਆ ਨਾ, ਰਜਿਸਟ੍ਰੇਸ਼ਨ ਤਾਂ ਇਹ ਹੁੰਦੀ ਹੋਈ ਆ ਨਾ। ਜੇ ਪੁਲਿਸ ਕਹਿੰਦੇ ਸਾਡੇ ਕੋਲ ਇੰਨੀਆਂ FIR ਦਰਜ ਹੋਈਆਂ ਨੇ, ਉਹ ਤਾਂ ਘੱਟੋ ਘੱਟ ਠੀਕ, ਉਹਨਾਂ ਇਲਜ਼ਾਮ ਕੀ ਨਿਕਲਿਆ ਉਹ ਸਾਡੇ ਕੋਲ ਨਹੀਂ ਹੈ। ਮੈਂ ਜਿਹੜੀ ਗੱਲ 'ਤੇ ਆਉਣਾ ਵੀ ਨਸ਼ੇ ਦਾ ਜਿਹੜਾ ਪ੍ਰਕੋਪ ਹੈ, ਜੇ 56,500 ਬੰਦਾ ਕਾਲੇ ਪੀਲੀਏ ਦਾ ਸ਼ਿਕਾਰ ਹੈ, ਕਾਲਾ ਪੀਲੀਆ ਟੀਕਾ ਲਾਉਣ ਵਾਲਾ ਨਹੀਂ ਹੁੰਦਾ, ਮਤਲਬ ਮੌਤਾਂ ਵੀ ਨਸ਼ੇ ਨਾਲ ਰੋਜ਼ ਹੋ ਰਹੀਆਂ ਨੇ। ਸੋ ਨਸ਼ੇ ਦਾ ਹੱਲ ਇੱਦਾਂ ਨਹੀਂ ਹੈ, ਇਹ ਕੋਈ ਲਾ ਐਂਡ ਆਰਡਰ ਦੀ ਪ੍ਰੋਬਲਮ ਨਹੀਂ ਹੈ, ਇਹ ਕਾਨੂੰਨ ਨਾਲ ਡੰਡੇ ਨਾਲ ਨਹੀਂ ਹੱਲ ਹੋਣਾ। ਫਿਰ ਹੱਲ ਹੋਣਾ ਇੱਕ ਅਵੇਅਰਨੈਸ ਵੱਡੀ, ਮੈਂ ਉਹੀ ਤਾਂ ਕਹਿ ਰਿਹਾ ਨਾ, ਅਵੇਅਰਨੈਸ ਕਰਕੇ ਹੋਣਾ। ਇੱਕ ਇਹਨਾਂ ਨੇ ਵਧੀਆ ਕਰਿਆ, ਹਾਈਕੋਰਟ ਨੇ ਬਹੁਤ ਅੱਛਾ ਕਿਹਾ ਕਿ ਤੁਸੀਂ ਇਹ ਅਸੈਸ ਕਰੋ ਵੀ ਬੰਦੇ ਹੈ ਕਿੰਨੇ ਨਸ਼ੇੜੀ। ਚਲੋ ਠੀਕ ਹੈ, ਅੰਕੜੇ ਲੈਣੇ ਚਾਹੀਦੇ, ਅੰਕੜੇ ਨਹੀਂ ਇਹ ਦੇਖ। ਇੱਕ ਛੋਟਾ ਬ੍ਰੇਕ ਲੈਣੇ, ਬ੍ਰੇਕ ਤੋਂ ਵਾਪਸ ਆਵਾਂਗੇ। ਅੰਕੜਿਆਂ ਦਾ ਸਵਾਲ ਹਰ ਵਾਰੀ ਉੱਠਦਾ ਹੈਗਾ, ਅਤੇ ਜਦੋਂ ਪੁਲਿਸ ਦੇ ਵਿੱਚ ਭਰਤੀ ਹੁੰਦੀ ਹੈ, ਜਦੋਂ ਫੌਜ ਦੇ ਵਿੱਚ ਭਰਤੀ ਹੁੰਦੀ ਹੈ, ਉਹਦੇ ਅੰਕੜੇ ਪਿਛਲੀ ਸਰਕਾਰ ਨੂੰ ਵੀ ਪੇਸ਼ ਕੀਤੇ ਸੀਗੇ, ਉਹਨਾਂ ਅੰਕੜਿਆਂ 'ਤੇ ਹੀ ਕਿਉਂ ਰੁਕੇ ਅਸੀਂ? ਇੱਥੇ ਜਦੋਂ ਸਿਆਸਤ ਹੁੰਦੀ ਹੈ ਤਾਂ ਸਿਆਸਤ ਕਹਿੰਦੀ ਹੈ 70% ਵਾਲਾ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ, ਉਸ ਤੋਂ ਬਾਅਦ ਹੋਰ ਸਿਆਸਤ ਹੋਈ, ਇੱਕ ਫਿਰ ਫਿਲਮ ਬਣ ਗਈ, ਫਿਲਮ 'ਤੇ ਵੀ ਸਿਆਸਤ ਕਰਨ ਲੱਗ ਪਏ ਸਾਰੇ ਲੋਕ। ਇਹ ਉਸ ਫਿਲਮ 'ਤੇ ਸਿਆਸਤ ਕਰਨ ਦੀ ਬਜਾਏ ਜੇ ਧਰਾਤਲ 'ਤੇ ਦੇਖਿਆ ਜਾਵੇ ਅਸਲ ਵਿੱਚ ਪੰਜਾਬ ਮਰੀਜ਼ ਕਿੰਨਾ ਹੈਗਾ, ਕਿਹੜੀ ਕਿਹੜੀ ਬਿਮਾਰੀ ਦਾ ਹੈਗਾ, ਉਸ ਨੂੰ ਲੱਭਣ ਦੀ ਜ਼ਰੂਰਤ ਹੈਗੀ ਆ। ਤਾਂ ਹੀ ਕੋਰਟ ਨੂੰ ਵਾਰ ਵਾਰ ਕਹਿਣਾ ਪੈ ਰਿਹਾ ਸਰਕਾਰਾਂ ਕਿਉਂ ਸੁੱਤੀਆਂ ਰਹਿੰਦੀਆਂ ਹੈਗੀਆਂ, ਇਸ ਤੋਂ ਪਹਿਲਾਂ ਵੀ ਅਤੇ ਹੁਣ ਵੀ। ਬ੍ਰੇਕ ਤੋਂ ਵਾਪਸ ਆ ਰਿਹਾ ਪਰ ਅਸੀਂ ਇਹ ਪੁੱਛ ਰਹੇ ਹਾਂ, ਸੂਬੇ 'ਚ ਨਸ਼ੇ 'ਤੇ ਨੱਥ ਪਾਉਣ ਲਈ ਸਰਕਾਰ ਦੇ ਹੱਥ ਨੂੰ ਹਾਈਕੋਰਟ ਦੀਆਂ ਹਦਾਇਤਾਂ ਕਿਉਂ? ਸ਼੍ਰੋਮਣੀ ਅਕਾਲੀ ਦਲ
ਤੁਹਾਡੇ ਪ੍ਰਧਾਨ ਸਾਹਿਬ ਹੁਣ ਇਹ ਗੱਲ ਕਹਿੰਦੇ ਆ, ਉਹਨਾਂ ਨਵਾਂ ਬਿਆਨ ਹੈਗਾ ਕਿ ਹੁਣ ਜਿੰਨਾ ਨਸ਼ਾ ਪੰਜਾਬ ਵਿੱਚ ਪਹਿਲਾਂ ਨਹੀਂ ਸੀ, ਇਹਦਾ ਮਤਲਬ ਕੀ ਆ? ਦੇਖੋ ਉਹ ਬਿਲਕੁਲ ਠੀਕ ਹੈ, ਉਹ ਇਸ ਕਰਕੇ ਹੈ ਵੀ ਹੋਮ ਮਿਨਿਸਟਰ ਰਹੇ ਆ ਸਰਕਾਰਾਂ 'ਚ, ਉਹਨਾਂ ਨੇ ਬੜੀ ਡੀਪਲੀ ਜੋ ਅਫਗਾਨਿਸਤਾਨ ਦੇ ਵਿੱਚ ਅਫੀਮ ਦੀ ਜਿਹੜੀ ਖੇਤੀ ਆ ਉਹ 87% ਇਨਕਰੀਜ਼ ਹੋਇਆ ਉਹਦੇ ਵਿੱਚ, ਪੋਪੀ ਦੀ ਖੇਤੀ ਵਿੱਚ 64% ਇਨਕਰੀਜ਼ ਹੋਇਆ। ਇਟ ਮੀਨਸ ਇਹ ਨਸ਼ਾ ਉੱਥੇ ਪ੍ਰੋਡਕਸ਼ਨ ਇੰਨੀ ਹੋ ਗਈ ਵੀ ਇੱਥੇ ਡਿਮਾਂਡ ਵੀ ਹੈਗੀ ਹੈ। ਮੈਂ ਜਿਹੜੀ ਗੱਲ ਕਰਦਾ ਵੀ ਹਾਈ ਕੋਰਟ ਦਾ ਜਿਹੜਾ ਇਹ ਆਰਡਰ ਆਇਆ ਇਹ ਕਲੀਅਰਲੀ ਸ਼ੋਅ ਹੁੰਦਾ, ਉਹਨਾਂ ਨੇ ਕਹਿ ਲਓ ਵੀ ਇੱਕ ਸਿਓ ਮੋਟੋ ਹੀ ਲਿਆ ਵੀ 2 ਸਾਲਾਂ 'ਚ ਸਰਕਾਰ ਦੀ ਜਿਹੜੀ ਡਰੱਗਸ ਦੇ ਪ੍ਰਤੀ ਸੰਜੀਦਗੀ ਆ ਉਹ 0 ਹੈ, ਪਰਫਾਰਮੈਂਸ 0 ਹੈ। ਤੁਸੀਂ ਨਸ਼ਾ ਕੰਟਰੋਲ ਕਰ ਲਿਆ ਸੀ? ਦੇਖੋ ਨਸ਼ਾ ਕੰਟਰੋਲ ਹੋ ਸਕਦਾ, ਖਤਮ ਨਹੀਂ ਹੋ ਸਕਦਾ। ਕੰਟਰੋਲ ਕੀਤਾ ਨਾ ਸ਼ੁਰੂ ਕਿਸੇ ਨੇ, ਦੇਖੋ ਸਦੀਆਂ ਤੋਂ ਇਹ ਚੱਲਦਾ ਆ। ਮੈਂ ਅੱਜ ਕਹਿ ਦਿੰਦਾ ਇਹ ਕੰਟਰੋਲ ਹੋ ਸਕਦਾ। ਤੁਸੀਂ ਕੋਈ ਅੰਕੜੇ ਦਿੱਤੇ ਆ ਪੰਜਾਬ ਨੂੰ? ਤੁਸੀਂ ਬਿਲਕੁਲ ਦੱਸਦਾ ਅੰਕੜੇ ਦੇਣ ਦਾ ਜਿਹੜਾ ਅੰਕੜੇ ਦੀ ਪਹਿਲੀ ਗੱਲ ਸਰਕਾਰਾਂ ਕੋਲ ਹੈ ਵੀ ਨਹੀਂ ਐਕਚੁਅਲ। ਇਹ ਜੋ ਕੁਝ ਵੀ ਅੰਕੜੇ ਜੇ ਹੋਣਗੇ ਔਨ ਰੈਕਡ ਵੀ ਉਹ ਅੰਦਾਜ਼ੇ ਹੀ ਨੇ। ਜਿਹੜੀ ਸਾਡੀ ਗਵਰਨਮੈਂਟ ਵੱਲੇ ਅਸੀਂ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾਂ ਲੋਕਾਂ ਨੂੰ ਇੱਕ ਅੰਕੜਾ ਦਿਖਾਇਆ ਜਿਹੜਾ ਉਹ ਇਹ ਦਿਖਾਇਆ ਸੀ ਵੀ ਨੌਕਰੀਆਂ ਦੀ ਭਰਤੀ ਦੇ ਵਿੱਚ ਜਿਹੜੇ 2 ਟੈਸਟ ਹੋਏ ਸੀ ਉਹਨਾਂ ਦਾ ਅਸੀਂ ਇੱਕ ਬੇਸਿਸ ਜਾਂ ਇੱਕ ਉਹ ਡਾਟਾ ਸ਼ੋਅ ਕੀਤਾ ਸੀ। ਪਰ ਉਹ ਜੇ ਤੁਸੀਂ ਕਹੋ ਵੀ ਓਵਰਆਲ ਸਟੇਟ ਦਾ ਹੈ ਡਾਟਾ, ਉਹ ਨਹੀਂ ਹੈਗਾ, ਉਹ ਪਰਟੀਕੁਲਰ ਰਿਕਰੂਟਮੈਂਟ ਦਾ ਸੀ ਡਾਟਾ। ਕੇ ਪੀ ਦੀ ਜਿਹੜੀ ਸਭ ਤੋਂ ਮਾੜੀ ਗੱਲ ਹੈ ਨਾ, ਮਾੜੀ ਗੱਲ ਇਹ ਆ ਵੀ ਇਸ ਗਵਰਨਮੈਂਟ ਨੇ ਇਸ ਇਸ਼ੂ ਨੂੰ ਪੋਲੀਟੀਕਲ ਇਸ਼ੂ ਬਣਾ ਕੇ ਸਰਕਾਰ 'ਚ ਆਏ, ਆਉਣ ਤੋਂ ਬਾਦ ਉਹਦੇ 'ਚ ਨੌਨ ਸੀਰੀਅਸਨੈਸ ਹੋ ਗਈ। ਤੁਸੀਂ ਗਰਾਊਂਡ ਤੇ ਕੰਮ ਕਰ ਲੈ ਸੁੰਦਰ ਗੱਲ, ਵਿਲ ਗਰਾਊਂਡ ਤੇ ਕੰਮ ਕਰ ਲੈ। ਤੁਸੀਂ ਅੰਕੜੇ ਦੇ ਦਿੰਦੇ ਨਾ ਪੰਜਾਬ ਨੂੰ, ਤੁਸੀਂ ਕਹਿ ਰਹੇ ਨਸ਼ੇ ਤੇ ਬਦਨਾਮ ਕੀਤਾ ਪੰਜਾਬ ਨੂੰ। ਮੈਂ ਤੁਹਾਡੀ ਗੱਲ ਨਾਲ ਹੀ ਆ ਜਾਂਦਾ, ਤੁਸੀਂ ਅੰਕੜੇ ਦੇ ਦਿੰਦੇ ਪੰਜਾਬ ਨੂੰ। ਮੈਂ ਤੇ ਕਹਿੰਦਾ ਜੀ ਅੰਕੜੇ ਹੈ ਹੀ ਨਹੀਂ ਅੱਗੇ, ਤੁਸੀਂ ਤਾਂ ਜਿਹੜਾ ਨਸ਼ੇ ਦੀ ਗੱਲ ਕਰਦੇ ਤੁਸੀਂ ਡਰਾਉਣ ਲੱਗ ਪਏ ਨਾ। ਪਾਰਟਿਕੂਲਰ ਇੱਕ ਅੰਕੜਾ ਜਿਹੜਾ ਅਸੀਂ ਦਿੱਤਾ ਸੀ ਰਿਕਰੂਟਮੈਂਟ ਵੇਲੇ, ਐਸਟੀਐਫ ਦਾ ਜਿਹੜਾ ਚੀਫ ਹੈ ਇਹਨਾਂ ਦਾ, ਉਹ ਵੀ ਮੰਨ ਰਿਹਾ ਵੀ ਕੋਈ ਨਹੀਂ, ਉਹ ਵੀ ਮੈਂ ਪੁੱਛ ਲੂੰਗਾ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸ ਜਿਹੜੀ ਗੱਲਾਂ ਜਿਹੜੀਆਂ ਹਾਈ ਕੋਰਟ ਨੇ ਗੱਲਾਂ ਕੀਤੀਆਂ ਉਹਦਾ ਕਲੀਅਰ ਇੰਡੀਕੇਸ਼ਨ ਆ ਵੀ 0 ਪਰਫਾਰਮੈਂਸ। ਇਕਬਾਲ ਸਿੰਘ ਤੁਸੀਂ ਸਾਰੇ ਨੇ ਨਸ਼ੇ 'ਤੇ ਬਹੁਤ ਸਿਆਸਤ ਕੀਤੀ ਹੈ, ਤੁਹਾਡੇ 'ਤੇ ਇਲਜ਼ਾਮ ਲੱਗਦੇ ਪਏ ਹੈਗੇ ਨਸ਼ੇ, ਤੁਸੀਂ ਬੜੀ ਸਿਆਸਤ ਕੀਤੀ ਆ। ਮੈਂ ਮਾਫੀ ਵਾਲੀ ਗੱਲ ਨਹੀਂ ਕਰ ਰਿਹਾ ਤੁਹਾਡੇ ਨਾਲ, ਨਾ ਮੈਂ ਕਰਨੀ, ਆਪੇ ਸਿਆਸਤਦਾਨ ਕਰ ਲੈਣਗੇ। ਤੁਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗ ਸਕਦੇ ਹੋ ਕਿ ਅਸੀਂ ਤੁਹਾਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ, ਜੇ ਇੰਨੀ ਵੱਡੀ ਪ੍ਰੋਬਲਮ ਨਹੀਂ ਹੈਗੀ ਸੀ? ਕਿਉਂਕਿ ਮਾਫੀ ਤਾਂ ਤੁਸੀਂ ਤਾਂ ਹੀ ਮੰਗੀ ਨਾ। ਕੇ ਪੀ ਸਿੰਘ ਜੀ ਗੱਲ ਸੁਣ ਲਓ, ਆਪਾਂ ਡੈਮੋਕ੍ਰੇਸੀ 'ਚ ਰਹਿੰਦੇ ਹਾਂ। ਜਿਵੇਂ ਸ਼ਸ਼ੀ ਕਾਂਤ ਜੀ ਨੇ ਕਿਹਾ ਵੀ ਮੈਂ ਫਾਈਟ ਕਰਦਾ ਰਿਹਾ, ਲੋਕ ਸਾਥ ਨਹੀਂ ਦਿੰਦੇ। ਕੇਜਰੀਵਾਲ ਨੇ ਫਾਈਟ ਕੀਤੀ, ਜੇ ਸਰਕਾਰ ਸਾਡੀ ਆ ਜਾਂਦੀ ਸੀ। ਇੱਕ ਮਿੰਟ ਗੱਲ ਮੈਂ ਪੂਰੀ ਕਰ ਰਿਹਾ ਨਾ। ਤੁਸੀਂ ਸ਼ਸ਼ੀ ਕਾਂਤ ਦਾ ਜ਼ਿਕਰ ਕੀਤਾ, ਸ਼ਸ਼ੀ ਕਾਂਤ ਜੀ ਤੁਹਾਡੇ ਨਾਲ ਵੀ ਆਏ ਸੀਗੇ, ਪੁੱਛ ਲਓ ਇਹਨਾਂ ਨੂੰ ਸ਼ਸ਼ੀ ਕਾਂਤ ਜੀ। ਉਹ ਅਲੱਗ ਮੈਟਰ ਹੈ, ਪਹਿਲਾਂ ਜਿਹੜੀ ਗੱਲ ਦਾ ਕੁਐਸਚਨ ਕਰਿਆ ਉਹਦਾ ਤੁਸੀਂ ਸ਼ਸ਼ੀ ਕਾਂਤ ਦਾ ਜ਼ਿਕਰ ਕਰ ਰਹੇ ਹੋ, ਆਨਸਰ ਲੈ ਲਓ ਯਾਰ। ਹਾਂ ਤੇ ਦੇਣਾ ਤਾਂ ਪੈਣਾ ਨਾ ਜਵਾਬ, ਦੇਣਾ ਪਊਗਾ ਤੁਹਾਨੂੰ ਨਾ। ਬਾਅਦ ਦੀ ਹਾਂ ਦਊਗਾ, ਦੇਣਾ ਪਊਗਾ ਜਵਾਬ, ਬੋਲੋ। ਪਹਿਲੀ ਗੱਲ ਦਾ ਲੈ ਲਓ, ਮਾਫੀ ਵਾਲੀ ਦਾ। ਹਾਂ, ਡੈਮੋਕ੍ਰੇਸੀ 'ਚ ਰਹਿੰਦੇ, ਮਜੀਠੀਆ ਸਾਹਿਬ ਦੇ ਖਿਲਾਫ ਅਸੀਂ ਮੁਹਿੰਮ ਚਲਾਈ, ਮਜੀਠੀਆ ਸਾਹਿਬ ਦਾ ਕੀ ਹੋਇਆ ਉੱਥੇ? ਸਾਡੀ ਜਮਾਨਤ ਜ਼ਬਤ ਹੋ ਗਈ, ਲੋਕਾਂ ਨੇ ਉਹਨੂੰ ਜਿਤਾਤਾ। ਜੇ ਲੋਕਾਂ ਨੇ ਮਾਫ ਕਰਤਾ ਤਾਂ ਕੇਜਰੀਵਾਲ ਨੇ ਠੇਕਾ ਲਿਆ? ਤੁਸੀਂ ਗੱਲਾਂ ਕੇਜਰੀਵਾਲ ਤੇ ਕਿਉਂ ਕਰਦੇ? ਪਹਿਲਾਂ ਲੋਕਾਂ ਨੂੰ ਵੀ ਤਾਂ ਹੋਣਾ ਚਾਹੀਦਾ। ਫਿਰ ਪੰਜਾਬ ਤੋਂ ਮਾਫੀ ਮੰਗ ਲਓ ਨਾ, ਮੈਂ ਤਾਂ ਉਹੀ ਕਹਿ ਰਿਹਾ। ਪੰਜਾਬ ਦੇ ਲੋਕਾਂ ਨੂੰ ਮੰਗੋ ਫਿਰ ਤੁਸੀਂ, ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਫਿਰ ਉਹਨਾਂ ਬਦਨਾਮ ਨਹੀਂ ਕਰਨਾ ਚਾਹੀਦਾ ਪੰਜਾਬ ਦੇ ਲੋਕਾਂ ਨੇ ਦਿੱਤੀ। ਫਿਰ ਤੁਸੀਂ ਨਸ਼ੇ ਦਾ ਜ਼ਿਕਰ ਤੁਸੀਂ ਹੁਣ ਨਹੀਂ ਕਰੋਗੇ, ਕਿਉਂ ਨਹੀਂ ਕਰੋਗੇ? ਨਹੀਂ ਕਰੋਗੇ ਨਾ, ਕਰਾਂਗੇ। ਜਦੋਂ ਸਾਡੀ ਸਰਕਾ
ਕਰਨਾ ਕੀ ਸੀ? ਸਭ ਕੁਝ ਕਰਨਾ ਸੀ। ਹੁਣ ਸਰਕਾਰ ਕਾਂਗਰਸ ਦੀ ਆ, ਨਹੀਂ ਕਾਰਵਾਈ ਕਰਦੀ ਕੇਜਰੀਵਾਲ ਨੇ ਕਰ ਰਿਹਾ ਸੀ। ਕਾਂਗਰਸ ਸਰਕਾਰ ਖਿਲਾਫ ਕਿਹੜਾ ਮੋਰਚਾ ਖੋਲਿਆ ਨਸ਼ੇ ਤੁਸੀਂ? ਕਿਹੜਾ ਜੀ? ਕਾਂਗਰਸ ਸਰਕਾਰ ਖਿਲਾਫ ਕਿਹੜਾ ਮੋਰਚਾ ਖੋਲਿਆ ਨਸ਼ੇ ਤੁਸੀਂ? ਤੁਸੀਂ ਮੁੱਖ ਮੰਤਰੀ ਤੇ ਹੋ ਪੰਜਾਬ ਦੀ। ਕਾਂਗਰਸ ਦੇ ਖਿਲਾਫ ਹਰ ਟਾਈਮ ਬੋਲ ਰਹੇ ਹਾਂ ਅਸੀਂ, ਹੋਰ ਕੀ ਕਰੀਏ? ਕੀ ਬੋਲ ਰਹੇ ਹੋ?
ਕੀ ਬੋਲ ਰਹੇ ਹੋ? ਵਿਧਾਨ ਸਭਾ ਸਾਡੇ ਸਭ ਤੋਂ ਵੱਧ ਕੁਐਸਚਨ ਲੱਗਦੇ ਆ, ਤੁਸੀਂ ਜਾ ਕੇ ਪੜਿਓ। ਇਕਬਾਲ ਸਿੰਘ ਕਢਾ ਲਓ ਰਿਕਾਰਡ। ਸਿੰਘ ਜੀ ਠੀਕ ਹੈ, ਇਹੋ ਜੀ ਡਿਬੇਟ ਨਹੀਂ ਮੈਨੂੰ ਚਾਹੀਦੀ। ਨਹੀਂ ਨਹੀਂ ਡਿਬੇਟ ਚਾਹੀਦੀ, ਗੱਲ ਵੱਖਰੀ ਹੈ। ਜਿਹੋ ਜੀ ਡਿਬੇਟ ਤੁਸੀਂ ਕਰਦੇ ਹੋ ਕੰਨਾਂ ਨੂੰ, ਜਿਹੋ ਜੀ ਡਿਬੇਟ ਤੁਸੀਂ ਕਰਨਾ ਚਾਹੁੰਦੇ ਹੋ, ਇਹੋ ਜੀ ਡਿਬੇਟ ਨਹੀਂ ਚਾਹੀਦੀ। ਕੰਨਾਂ ਨੂੰ ਜਿਹੜੀ ਚੰਗੀ ਲੱਗੇ ਰੋਲਾ ਪਾ ਕੇ ਕੱਲਾ ਰੋਲਾ ਪਾ ਕੇ ਮਸਲਾ ਹੱਲ ਨਹੀਂ ਹੋਣਾ। ਸਾਡੇ ਕੰਨਾਂ ਨੂੰ ਅਸੀਂ ਠੀਕ ਹੈ ਇਕਬਾਲ ਸਿੰਘ, ਅਸੀਂ ਆਪਣਾ ਪੱਖ, ਇਹੋ ਜੀ ਸ਼ਬਦਾਂ ਤੇ ਕੋਰ ਰੱਖੋ ਤੁਸੀਂ, ਅਸੀਂ ਆਪਣਾ ਪੱਖ ਰੱਖੋ। ਠੀਕ ਹੈ, ਡਟ ਪੈ ਲਗਰ ਤੁਸੀਂ ਗੱਲ ਅੱਜ ਡਰਗ ਦੀ ਕਰੀ ਸੀ, ਮੈਂ ਕਰ ਰਿਹਾ ਮੈਨੂੰ ਪਤਾ ਤੁਸੀਂ ਆਉਂਦੇ ਨਹੀਂ, ਮੈਨੂੰ ਪਤਾ ਕਿਹੜੀ ਗੱਲ ਕਰ, ਮੈਨੂੰ ਪਤਾ ਕਿਹੜੀ ਗੱਲ ਜਿਹੜੀ ਅੱਜ ਸੀਰੀਅਸ ਮੁੱਦਾ ਉਹਦਾ। ਜੇ ਤੁਸੀਂ ਸੀਰੀਅਸ ਹੁੰਦੇ, ਜੇ ਤੁਸੀਂ ਸੀਰੀਅਸ ਹੁੰਦੇ ਨਾ ਤੁਸੀਂ ਮਾਫੀਆ ਮੰਗਦੇ ਨਾ ਇਹੋ ਜੀ ਸਿਆਸਤ ਹੁੰਦੀ। ਨਹੀਂ ਮੈਂ ਆਹ ਪੁਆਇੰਟ ਰੱਖੀ ਬੈਠਾ ਮੈਂ, ਕਿਵੇਂ ਖਤਮ ਹੋ ਸਕਦੀ? ਤੁਸੀਂ ਉਹਦਾ ਇੱਕ ਪੁਆਇੰਟ ਨਹੀਂ ਲਿਆ, ਤੁਸੀਂ ਪੰਡੀ ਪ੍ਰਚਾਰ ਚ ਲੱਗ ਜਾਂਦੇ। ਠੀਕ ਹੈ, ਕੋਈ ਨਹੀਂ, ਬਸ ਠੀਕ ਹੈ, ਅਸੀਂ ਪੰਡੀ ਪ੍ਰਚਾਰ ਕਰਦੇ ਪਏ। ਡਟ ਪੈ ਲਗਰ, ਆ ਪਾਰਟੀ ਨੇ ਲਿਆ। ਠੀਕ ਹੈ ਇਕਬਾਲ ਸਿੰਘ, ਬਹੁਤ ਹੋ ਗਿਆ, ਡਟ ਪੈ ਲਗਰ। ਸਵਾਲ ਇਹ ਹੈਗਾ ਕਿ ਸਿਆਸਤ ਨੇ ਤਾਂ ਆਪਦਾ ਕੰਮ ਕਰਨਾ ਹੈਗਾ, ਸਿਆਸਤ ਨੇ ਮਾਫ਼ੀ ਮੰਗ ਲੈਣੀ, ਉਦੋਂ ਬਾਅਦ ਇਹ ਵੀ ਨਹੀਂ ਮੰਨਣਾ ਕਿ ਅਸੀਂ ਗਲਤੀ ਕੀਤੀ ਹੈਗੀ ਹੈ। ਸਵਾਲ ਇਹ ਹੈਗਾ ਪੰਜਾਬ ਦੀ ਗਲਤੀ ਕੀ ਹੈ? ਦੇਖੋ, ਪੰਜਾਬ ਦੀ ਕਾਹਦੀ ਗਲਤੀ ਹੈ? ਪੰਜਾਬ ਤਾਂ ਸਫ਼ਰ ਕਰ ਰਿਹਾ, ਪੰਜਾਬ ਦਾ ਤਾਂ ਕੋਮਨ ਮੈਨ ਸਫ਼ਰ ਕਰ ਰਿਹਾ। ਸਿਆਸਤ 'ਚ ਸਾਡੀ 'ਚ ਇੱਕ ਸਮੱਸਿਆ ਆ ਰਹੀ ਹੈ। ਸਿਆਸਤ 'ਚ ਇਹ ਪਹਿਲੀ ਗੱਲ ਇਹ ਮੰਨਣਾ ਕਿ ਨਸ਼ਿਆਂ ਦੀ ਪ੍ਰੋਬਲਮ ਹੈਗੀ ਹੈ, ਉਹ ਕਿੰਨੀ ਆ ਉਹਦਾ ਕੁਆਂਟਮ ਅਗਲੀ ਗੱਲ ਹੈ। ਦੂਜੀ ਗੱਲ, ਉਹ ਨਸ਼ਿਆਂ ਨਾਲ ਮੌਤਾਂ ਵੀ ਹੋ ਰਹੀਆਂ ਨੇ, ਨਸ਼ਿਆਂ ਨਾਲ ਬਿਮਾਰੀਆਂ ਵੀ, ਇਹ ਵੀ ਮੰਨਣਾ ਜ਼ਰੂਰੀ ਹੈ। ਇਹ ਪਹਿਲਾਂ ਵੀ ਹੋ ਰਹੀਆਂ ਸੀ, ਹੁਣ ਵੀ ਹੋ ਰਹੀਆਂ ਨੇ। ਉਹ ਇਹ ਵੀ ਅਕਾਲੀ ਭਾਜਪਾ ਸਰਕਾਰ ਸੀ ਤਾਂ ਸੀ ਜਾਂ ਇਹਨਾਂ ਕਰਕੇ, ਇਹ ਸਰਕਾਰਾਂ ਦੇ ਦੋਹਾਂ ਦੇ ਰਜੀਮ 'ਚ ਹੁੰਦੀਆਂ ਹੀ ਰਹੀਆਂ ਨੇ, ਹੋ ਰਹੀਆਂ ਨੇ, ਇਹਨੂੰ ਅਸੈਪਟ ਕਰਨਾ। ਤੀਜੀ ਗੱਲ, ਉਹਦੇ ਵਾਸਤੇ ਜਿਹੋ ਜਿਹੇ ਯਤਨ ਕੀਤੇ ਜਾ ਰਹੇ ਨੇ, ਉਹ ਦੋਨੇ ਸਰਕਾਰਾਂ ਦੇ ਯਤਨਾਂ 'ਚ ਸਿਰਫ ਇੱਕ ਆ ਡੈਪੂ ਵਾਲਾ ਹੀ ਫਰਕ ਹੈ, ਬਾਕੀ ਕੋਈ ਬਹੁਤਾ ਫਰਕ ਨਹੀਂ ਹੈ। ਯਤਨ ਉਹਨਾਂ ਨੇ ਵੀ ਇਹੀ ਕਰੇ ਵੀ ਫਰਕ, ਬਾਕੀ ਗੱਲਾਂ 'ਚ ਮੈਂ ਕਹਿੰਦਾ ਦੋ ਗੱਲਾਂ ਫਰਕ ਪਈਆਂ ਨੇ। ਇੱਕ ਤਾਂ ਊਟ ਸੈਂਟਰ ਖੁੱਲ੍ਹੇ ਨੇ ਸਰਕਾਰ 'ਚ, ਉਹ 162 ਸੈਂਟਰ ਖੁੱਲ੍ਹੇ ਨੇ ਕਿ ਓ ਪੀ ਡੀ ਦੇ ਵਿੱਚ ਟ੍ਰੀਟਮੈਂਟ ਦੇ ਦਿਉ, ਇਹਦੀ ਇੱਕ ਕੋਸ਼ਿਸ਼ ਹੋਈ ਹੈ, ਉਹਦੇ ਨਾਲ ਕਾਫੀ ਜ਼ਿਆਦਾ ਮਤਲਬ ਇੰਪੈਕਟ ਪੈਂਦਾ। ਦੂਜਾ, ਪਰ ਉਹ ਊਟ ਸੈਂਟਰ ਤਾਂ ਖੁੱਲ੍ਹੇ ਨੇ ਕਿਉਂਕਿ ਟੈਕਨੋਲੋਜੀ ਨਵੀਂ ਹੈ, ਉਹਦੇ 'ਚ ਇਹ ਨਹੀਂ ਆਪਾਂ ਕਹਿ ਸਕਦੇ ਵੀ ਪਹਿਲੀ ਸਰਕਾਰ ਨੇ ਕਿਉਂ ਨਹੀਂ ਖੋਲ੍ਹੇ, ਕਿਉਂਕਿ ਹੁਣ ਹੀ ਟੈਕਨੀਕ ਇਹ ਅਸੈਪਟ ਹੋਈ ਹੈ ਵੀ ਹਾਂ ਠੀਕ ਹੈ ਅਸੀਂ ਐਂ ਕਰ ਦਈਏ। ਜਿਹੜੇ ਅਸੈਪਟਡ ਹੀ ਨਹੀਂ ਸੀ ਉਹਨਾਂ 'ਚ, ਉਹ ਨੈਸ਼ਨਲ ਰਿਜ਼ਲਟ ਕਿਉਂ ਨਹੀਂ ਮਿਲਿਆ? ਡਟ ਕਰ, ਮੈਂ ਬੇਨਤੀ, ਜੇ ਅਸੀਂ ਸੋਚੀਏ ਕਿ ਅਸੀਂ ਨਸ਼ਿਆਂ ਵਾਲਿਆਂ ਨੂੰ ਨਸ਼ਾ ਛਡਾਉਣ ਦੀਆਂ ਗੋਲੀਆਂ ਦੇ ਕੇ, ਨਸ਼ਾ ਛਡਾਊ ਕੇਂਦਰਾਂ 'ਚ ਲਿਆ ਕੇ, ਜਾਂ ਜਿਹਨੂੰ ਨਸ਼ਾ ਫੜਿਆ ਉਹਨੂੰ ਜੇਲ੍ਹ 'ਚ ਪਾ ਕੇ, ਜਾਂ ਉਹਨੂੰ ਸਜ਼ਾ ਦਵਾ ਕੇ, ਜਾਂ ਉਹਦੀ ਜਾਇਦਾਦ ਕੁਰਕ ਕਰਾ ਕੇ, ਜਾਂ ਉਹਦੇ ਵਾਸਤੇ ਫਾਂਸੀ ਦੀ ਸਜ਼ਾ ਰਿਕਮੈਂਡ ਕਰਕੇ ਨਸ਼ਾ ਕੰਟਰੋਲ ਕਰ ਲਾਂਗੇ, ਤਾਂ ਇਹ ਨਸ਼ਾ ਨਹੀਂ ਕੰਟਰੋਲ ਹੋਣਾ। ਕੰਟਰੋਲ ਵੀ ਸੁਣ ਤਾਂ ਲਓ ਨਾ, ਨਹੀਂ ਕੱਲੀ ਅਵੇਅਰਨੈਸ ਨਹੀਂ, ਕੰਟਰੋਲ ਨਹੀਂ ਹੋਣਾ। ਕੰਟਰੋਲ ਕਿਵੇਂ ਹੋਏਗਾ? ਇਹ ਠੀਕ ਹੈ, ਤੁਸੀਂ ਨਸ਼ਾ ਮੁਕਤ ਨਹੀਂ ਕਰ ਸਕਦੇ, ਪਰ ਕੰਟਰੋਲ ਤਾਂ ਕਰ ਸਕਦੇ ਹੋ। ਉਹ ਕੰਟਰੋਲ ਵਾਸਤੇ ਸਮਾਜ ਨੂੰ ਅਤੇ ਸਿਆਸੀ ਪਾਰਟੀਆਂ ਨੂੰ ਰਲਣ ਦੀ ਲੋੜ ਹੈ, ਉਹਦੇ ਸਭ ਤੋਂ ਵੱਡੀ ਸਿਆਸੀ ਵਚਨਬੱਧਤਾ ਦੀ ਲੋੜ ਹੈ। ਉਹਦੇ ਵਿੱਚ ਇਹ ਹੈ ਕਿ ਪਿੰਡਾਂ ਦੇ ਵਿੱਚ ਜਦ ਤੁਸੀਂ ਪਿੰਡਾਂ ਦੀਆਂ ਮੁਹੱਲਾ ਕਮੇਟੀਆਂ ਬਣਾਤੀਆਂ, ਉੱਥੇ ਪਿੰਡ ਦੇ ਲੋਕ ਇਕੱਠੇ ਹੋ ਕੇ ਮੁਹੱਲਾ ਕਮੇਟੀ, ਤੁਸੀਂ ਐਂ ਨਾ ਬਣਾਓ ਜਾਂ ਕਾਂਗਰਸੀਆਂ ਨੇ ਬਣਾਤੀ ਹੈ, ਅਕਾਲੀਆਂ ਨੇ ਬਣਾਤੀ, ਫਿਰ ਤਾਂ ਉਹੀ ਰੌਲਾ ਪੈ ਗਿਆ। ਤੁਸੀਂ ਇਕੱਠੇ ਹੋ ਕੇ ਪਿੰਡ ਦੇ ਵਿੱਚ ਪੰਚਾਇਤ ਰਾਜ ਸਾਡੇ ਸੰਵਿਧਾਨ ਦੇ ਮੁਤਾਬਕ ਬਣਿਆ ਹੋਇਆ, ਉਹਦੇ ਰਾਹੀਂ ਜਿਹੜੀ ਮਰਜ਼ੀ ਪਾਰਟੀ ਦਾ ਸਰਪੰਚ ਆ, ਉਹ ਉਹਦੀ ਐਫੀਲੇਸ਼ਨ ਜਿਹਦੇ ਨਾਲ ਮਰਜ਼ੀ ਹੋਵੇ, ਉਹ ਪਿੰਡ ਦਾ ਸਰਪੰਚ ਹੈ, ਪਿੰਡ ਦੀ ਪੰਚਾਇਤ ਹੈ, ਪਿੰਡ ਦੀ ਪੰਚਾਇਤ ਉੱਥੇ ਆਪਦੀਆਂ 32 ਕਮੇਟੀਆਂ ਬਣਾਵੇ, ਉਹਦੇ ਰਾਹੀਂ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਇਲਾਜ, ਉਹ ਬੜਾ ਸੌਖਾ ਵੀ ਹੋ ਸਕਦਾ। ਆ ਜਿਹੜੀ ਬੁਪਰੀ ਨੋਰਫਿਨ ਦਾ ਰੌਲਾ ਪੈਂਦਾ, ਗੋਲੀਆਂ ਹੋ ਗਿਆ, ਉਹ ਨਹੀਂ ਜਾਏਗਾ। ਆ 20 ਸੈਂਟਰ ਜਿਵੇਂ ਹਾਈਕੋਰਟ, ਮੰਨ ਜਾਓ ਹਾਈਕੋਰਟ ਨੇ ਕਿਹਾ ਕਿ ਤੁਸੀਂ ਰੀਹੈਬਲੀਟੇਸ਼ਨ ਸੈਂਟਰ ਬਣਾਓ ਹਰ ਜ਼ਿਲ੍ਹੇ 'ਚ, ਅਤੇ 19 ਜ਼ਿਲ੍ਹਿਆਂ 'ਚ ਤਾਂ ਪਹਿਲਾਂ ਹੀ ਹੈਗੇ ਨੇ, ਇੱਕ ਪਠਾਨਕੋਟ 'ਚ ਨਹੀਂ, ਇੱਕ SBS ਨਗਰ 'ਚ ਨਹੀਂ ਹੈਗਾ, ਅਤੇ ਇੱਕ ਜਿਹੜਾ ਸ਼ਾਇਦ ਹੋਰ ਹੈ ਜਿਹਦੇ ਵਿੱਚ ਨਹੀਂ ਹੈ, ਬਾਕੀ ਤਾਂ ਸਾਰਿਆਂ 'ਚ ਇੱਕ ਇੱਕ ਸੈਂਟਰ ਹੈਗਾ, ਇੱਕ 'ਚ ਦੋ ਵੀ ਨੇ। ਸੋ ਉਹ ਜਿਹੜਾ ਤਰੀਕਾ ਹੈਗਾ, ਉਹ ਪਰ ਉਹ ਬਿਲਡਿੰਗਾਂ ਪਈਆਂ ਨੇ, 50 ਦੇ ਸੈਂਟਰ ਨੇ, ਉਹ ਨਾ ਪਹਿਲਾਂ ਚੱਲੇ ਨੇ ਨਾ ਹੁਣ ਚੱਲੇ ਨੇ। ਮੈਂ ਥੋੜ੍ਹਾ ਬ੍ਰੇਕ ਲੈਣਾ, ਡਟ ਕਰ, ਮੈਂ ਥੋੜ੍ਹਾ ਬ੍ਰੇਕ ਲਵਾਂ, ਬ੍ਰੇਕ ਤੋਂ ਵਾਪਸ ਆਵਾਂਗੇ। ਸਤਿ ਸ਼੍ਰੀ ਅਕਾਲ, ਤੁਹਾਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਮਾਜ ਅਤੇ ਸਰਕਾਰ ਦੇ ਵਿੱਚ ਤਾਲਮੇਲ ਕਿਵੇਂ ਹੋ ਸਕਦਾ ਹੈ। ਗ੍ਰਾਮ ਸਭਾ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਪੰਚਾਇਤੀ ਰਾਜ ਆ ਜਿਹੜਾ ਐਕਟ ਸਾਡਾ ਹੈਗਾ ਉਸ ਨੂੰ ਮਜ਼ਬੂਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਤਾਂ ਹੀ ਕੋਈ ਸੁਧਾਰ ਹੋ ਸਕਦਾ ਹੈ। ਡਟ ਗਰ ਹਰੀ ਇਹ ਗੱਲ ਕਹਿੰਦੇ ਆ ਕਿ ਇਕੱਲਾ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਹੈਗਾ। ਸਤਿ ਸ਼੍ਰੀ ਅਕਾਲ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਲਾਅ ਐਂਡ ਆਰਡਰ ਕਿਤੇ ਨਾਕਾਮ ਤਾਂ ਨਹੀਂ ਹੋ ਗਿਆ। ਬ੍ਰੇਕ ਤੋਂ ਵਾਪਸ ਆ ਰਹੇ, ਸਵਾਲ ਅਸੀਂ ਵੱਡਾ ਇੱਕੋ ਪੁੱਛ ਰਹੇ ਹਾਂ, ਸੂਬੇ 'ਚ ਨਸ਼ੇ ਅਤੇ ਨੱਥ ਪਾਉਣ ਲਈ ਸਰਕਾਰ ਦੇ ਹੱਥ ਨੂੰ ਹਾਈਕੋਰਟ ਦੀਆਂ ਹਦਾਇਤਾਂ ਕਿਉਂ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਥੋੜ੍ਹੀ ਕੋਸ਼ਿਸ਼ ਕੀਤੀ ਸੀਗੀ ਵੀ ਕਿ ਸਿਆਸੀ ਪਾਰਟੀ ਨਾਲ ਰਲ ਕੇ ਅਸੀਂ ਕੋਈ ਸੁਧਾਰ ਕਰ ਸਕੀਏ, ਤੁਸੀਂ ਆਮ ਆਦਮੀ ਪਾਰਟੀ ਦੇ ਨਾਲ ਵੀ ਰਲੇ ਸੀਗੇ। ਮੈਂ ਸਵਾਲ ਇਕੱਲਾ ਆਮ ਆਦਮੀ ਪਾਰਟੀ ਦਾ ਲੈਣਾ ਗਾ, ਮੈਂ ਸਵਾਲ ਨਾਲ ਇਹ ਵੀ ਲੈਣਾ ਚਾਹੁੰਦਾ, ਸਿਆਸਤ ਤੁਸੀਂ ਉਹ ਸਿਆਸਤ ਨੂੰ ਵੀ ਦੇਖ ਚੁੱਕੇ ਹੋ ਜਿਹੜੀ ਸਿਆਸਤ ਦੇ ਖਿਲਾਫ ਤੁਸੀਂ ਤੁਰੇ ਸੀ ਕਦੇ, ਤੁਸੀਂ ਲਾਅ ਐਂਡ ਆਰਡਰ ਨੂੰ ਵੀ ਦੇਖ ਚੁੱਕੇ ਹੋ। ਡਟ ਗਰ ਹਰੀ ਇਹ ਗੱਲ ਕਹਿੰਦੇ ਹੈਗੇ ਆ ਅਤੇ ਲਾਅ ਐਂਡ ਆਰਡਰ ਇਕੱਲਾ ਨਸ਼ੇ ਨੂੰ ਕੰਟਰੋਲ ਨਹੀਂ ਕਰ ਸਕਦਾ, ਫਿਰ ਕੀ ਕੰਟਰੋਲ, ਕਿਵੇਂ ਕੰਟਰੋਲ ਹੋਵੇਗਾ?
ਹਾਈ ਕੋਰਟ ਨੇ ਜਿਹੜਾ ਇਸ ਵਾਰੀ ਪਿੰਨ ਪੁਆਇੰਟ ਕੀਤਾ ਹੈਗਾ ਪਹਿਲਾ ਸਟੈਪ ਹੈਗਾ ਟੂ ਕੱਟ ਆਫ ਦਾ ਚੇਨ ਆਫ ਸਪਲਾਈ ਇਸ ਹਾਈ ਕੋਰਟ ਨੇ ਕਿਹਾ ਹੈਗਾ ਡਰੱਗ ਲਾਰਡਸ ਜਿਹੜੇ ਹੈਗੇ ਨੇ ਉਹਨਾਂ ਨੂੰ ਲਿਸਟ ਆਊਟ ਕਰਕੇ ਉਹਨਾਂ ਨੂੰ ਫੜ ਕੇ ਅੰਦਰ ਕਰੋ ਜਿਹੜਾ ਕਿ ਮੈਂ 2007 ਤੋਂ ਕਹਿੰਦਾ ਆ ਰਿਹਾ ਸਰ ਐਸਟੀਐਫ ਦਾਵਾ ਕਰ ਰਹੀ ਹੈ ਐਸਟੀਐਫ ਦਾ ਡਾਟਾ ਪਿਆ ਉਹ ਕਹਿੰਦੇ ਸੀ ਸਪਲਾਈ ਚੇਨ ਤੋੜਤੀ ਆ ਐਡਾ ਵੱਡਾ ਨਾ ਦਾ ਐਸਟੀਐਫ ਦੇ ਦਾਅਵੇ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਦਾਅਵੇ ਜਦੋਂ ਮੈਂ ਨੌਕਰੀ ਦੇ ਵਿੱਚ ਸੀ ਬੜੇ ਦੇਖੇ ਸੀ ਅਸੀਂ ਰੋਜ਼ ਹੀ ਕਰਦੇ ਸੀ ਰਿਪੋਰਟ ਦਿੱਤੀ ਉਹਨਾਂ ਨੇ 14/4/17 ਤੋਂ 13/19 ਤੱਕ ਐਨਡੀਪੀਐਸ ਐਕਟ ਦੀ ਰਿਕਵਰੀ ਦੀ ਤੁਲਨਾ ਇਹ ਰਿਪੋਰਟ ਜਿਹੜੀ ਹੈਗੀ ਇਹ ਰਿਪੋਰਟ ਜਿਹੜੀ ਹੈਗੀ ਮਾਨਯੋਗ ਹਾਈ ਕੋਰਟ ਨੇ ਕਰਦਾ ਤੁਸੀਂ ਉਹਨੂੰ ਫਾੜ ਕੇ ਕੂੜੇ ਦਾ ਦਾਨ ਹੈਗਾ ਸੱਟ ਦੇ ਉਹਦੇ ਚ ਮੈਂ ਇੱਕ ਸਾਬਕਾ ਪੁਲਿਸ ਆਫਸਰ ਦੇ ਤੌਰ ਤੇ ਕਹਿ ਰਿਹਾ ਹੈਗਾ ਇਹ ਫਜ਼ੂਲ ਦੇ ਦਾਅਵੇ ਆ ਇਹ ਸਾਰੇ ਫਜ਼ੂਲ ਦੇ ਦਾਅਵੇ ਹੈਗੇ ਨੇ ਇਹ ਸਾਰੇ ਇਹਨੂੰ ਇੱਥੇ ਨਾ ਰੱਖੋ ਫਾੜ ਕੇ ਫੇਦ ਕੇ ਉਹਨੂੰ ਠੀਕ ਹੈ ਦੂਜਾ ਹੈਗਾ ਉਹਦੇ ਨਾਲ ਰਿਲੇਟਿਵ ਇਸ਼ੂਜ਼ ਜਿਹੜੇ ਹੈਗੇ ਨੇ ਕ੍ਰੀਏਟਿੰਗ ਸੋਰਟ ਆਫ ਅਵੇਅਰਨੈਸ ਡੀ ਐਡਿਕਸ਼ਨ ਸੈਂਟਰ ਚਾਹੇ ਪੰਚਾਇਤੀ ਰਾਜ ਚ ਕਰੋ ਚਾਹੇ ਜਿਸ ਤਰ੍ਹਾਂ ਕਰੋ ਤੇ ਨਾਲ ਸਾਰਿਆਂ ਤੋਂ ਇੰਪੋਰਟੈਂਟ ਗੱਲ ਹੈਗੀ ਇਸ ਮੁੱਦੇ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ ਚਾਹੇ ਏ ਪੋਲੀਟੀਕਲ ਪਾਰਟੀ ਹੈ ਚਾਹੇ ਬੀ ਹੈ ਚਾਹੇ ਸੀ ਹੈ ਚਾਹੇ ਐਕਸ ਹੈ ਕੋਈ ਸਿਆਸਤ ਤਾਂ ਹੋਗੀ ਨਾ ਜਿਹੜੀ ਗੰਭੀਰ ਤੋਂ ਦਿਖੀ ਹੋਗੀ ਸ਼ਸ਼ੀਕਾਂਤ ਜੀ ਲਗਾਤਾਰ ਇਸ ਮੁੱਦੇ ਦੇ ਉੱਤੇ ਕੋਈ ਪੋਲੀਟੀਸ਼ੀਅਨ ਗੰਭੀਰ ਨਹੀਂ ਹੈਗਾ ਕੋਈ ਪੋਲੀਟੀਸ਼ੀਅਨ ਗੰਭੀਰ ਨਾ ਸੀ ਨਾ ਗੰਭੀਰ ਹੈਗਾ ਹੈ ਔਰ ਅਨਫੋਰਚੁਨੇਟਲੀ ਸੇ ਪੰਜਾਬ ਹੀ ਨਹੀਂ ਦੂਜੀ ਸਟੇਟਾਂ 'ਚ ਹੈਗੀ ਉਹਨਾਂ 'ਚ ਵੀ ਇਹ ਹਾਲਤ ਹੋ ਰਹੀ ਹੈਗੀ ਹੈ ਕੋਈ ਪੋਲੀਟੀਸ਼ੀਅਨ ਕੋਈ ਪੋਲੀਟੀਕਲ ਪਾਰਟੀ ਸੰਜੀਦਗੀ 'ਚ ਨਹੀਂ ਹੈਗੀ ਹੈ ਜੇ ਸੰਜੀਦਗੀ ਉਹਨਾਂ 'ਚ ਹੁੰਦੀ ਤਾਂ ਇਸ ਵੇਲੇ ਸਾਰੇ ਇਕੱਠੇ ਹੋ ਕਰ ਤੂੰ ਮੈਂ ਕਰਨ ਦੇ ਬਜਾਏ ਇਹਨੂੰ ਰੋਕਣ ਦੀ ਕੋਸ਼ਿਸ਼ ਕਰਦੇ ਚੇਨ ਆਫ ਸਪਲਾਈ ਜਿਹੜੀ ਸਪਲਾਈ ਅਤੇ ਡਿਮਾਂਡ ਦੋਵਾਂ ਨੂੰ ਕੰਟਰੋਲ ਕਰਕੇ ਇਹਨਾਂ ਨੂੰ ਇੱਕ ਤਰੀਕੇ ਨਾਲ ਪੋਲੀਟੀਕਲ ਪੋਲੀਟਿਕਸ ਕਰਨ ਲਈ ਹੋਰ ਬੜੇ ਮੁੱਦੇ ਹੈਗੇ ਨੇ ਪਾਣੀ ਲੈ ਲਿਓ ਇਹ ਲੈ ਲਿਓ ਉਹ ਲੋ ਹਜ਼ਾਰ ਮੁੱਦੇ ਹੈਗੇ ਨੇ ਕੋਈ ਵੀ ਲੈ ਲਿਓ ਪਰ ਇਹ ਜਿਹੜਾ ਮੁੱਦਾ ਹੈਗਾ ਜਿਹੜੇ ਕਿ ਪੰਜਾਬ ਦੀ ਪੂਰੀ ਨੌਜਵਾਨੀ ਖਤਮ ਹੋ ਰਹੀ ਹੈਗੀ ਹੈ ਜਿਹੜਾ ਮੋਹਨਜੋਦਾੜੋ ਕਹਿੰਦੇ ਸੀ ਇੱਕ ਮਕਬਰਾ ਜਿਹੜਾ ਹੈਗਾ ਮੁਰਦਿਆਂ ਦਾ ਉਹ ਪੰਜਾਬ ਬੰਦਾ ਜਾ ਰਿਹਾ ਟ੍ਰਾਈ ਟੂ ਸਟਾਪ ਦੇ ਜੇ ਲੋਕ ਨਹੀਂ ਰਹਿਣਗੇ ਤਾਂ ਪੰਜਾਬੀ ਨਹੀਂ ਰਹਿਣਗੇ ਸਿਆਸਤ ਕੀ ਕਰੋਗੇ ਤੁਸੀਂ ਲਾਅ ਐਂਡ ਆਰਡਰ ਫੇਲ ਤਾਂ ਨਹੀਂ ਹੋ ਗਿਆ ਸ਼ਸ਼ੀਕਾਂਤ ਜੀ ਲਾਅ ਐਂਡ ਆਰਡਰ ਜਿਹੜਾ ਹੈਗਾ ਉਹ ਮੁੱਦਾ ਮੈਂ ਇਹਦੇ ਤੋਂ ਵੱਖ ਰੱਖਣਾ ਹੈਗਾ ਉਸ ਮੋਟੇ ਤੌਰ ਤੇ ਕਹਾਂਗਾ ਹਾਂ ਲਾਅ ਐਂਡ ਆਰਡਰ ਵੀ ਫੇਲ ਹੋ ਰਿਹਾ ਨੋ ਡਾਊਟ ਅਬਾਊਟ ਇਟ ਪਰ ਲਾਅ ਐਂਡ ਆਰਡਰ ਦਾ ਮੁੱਦਾ ਤੇ ਇਹ ਮੁੱਦਾ ਦੋਵੇਂ ਜਿਹੜੇ ਹੈਗੇ ਦੇ ਆਰ ਡਿਸਟਿੰਕਟ ਐਂਡ ਅਪਾਰਟ ਠੀਕ ਹੈ ਡਾਕਟਰ ਦਾਰ ਸੰਧੂ ਜੀ ਸੰਧੂ ਸਾਹਿਬ ਤੁਸੀਂ ਹੁਣੇ ਡੀਸੀ ਸਾਹਿਬਾਨਾਂ ਨੂੰ ਕਾਲ ਕੀਤੀ ਸੀ ਬੈਠਕ ਕੀਤੀ ਪਹਿਲਾਂ ਵਿਧਾਇਕਾਂ ਨਾਲ ਬੈਠਕ ਕੀਤੀ ਤੁਹਾਡੇ ਵਿਧਾਇਕ ਸਵਾਲ ਚੁੱਕਦੇ ਪਏ ਕਿ ਅਫਸਰਸ਼ਾਹੀ ਸੁਣਦੀ ਨਹੀਂ ਪਈ ਕੋਰਟ ਕਹਿੰਦੀ ਹੈ ਕਿ ਡੀਸੀ ਸਾਹਿਬ ਨੂੰ ਨੋਡਲ ਅਫਸਰ ਬਣਾਇਆ ਜਾਵੇ ਤੁਸੀਂ ਡੀਸੀ ਸਾਹਿਬ ਦੀਆਂ ਕਲਾਸਾਂ ਲਾਉਂਦੇ ਪਏ ਇੱਕ ਚਰਚਾ ਚੱਲਦੀ ਪਈ ਹੈ ਕਿ ਅਫਸਰਸ਼ਾਹੀ ਸਰਕਾਰ ਚਲਾਉਂਦੀ ਪਈ ਹੈਗੀ ਆ ਹੁਣ ਨਸ਼ਾ ਕੌਣ ਨਸ਼ੇ 'ਤੇ ਕੌਣ ਨਕੇਲ ਨਹੀਂ ਕੱਸ ਪਾ ਰਿਹਾ ਅਫਸਰਸ਼ਾਹੀ ਨਹੀਂ ਕੱਸ ਪਾ ਰਹੀ ਸਿਆਸਤ ਨਹੀਂ ਕੱਸ ਪਾ ਰਹੀ ਕਿੱਥੇ ਕਮੀ ਹੈ ਕਿੱਥੇ ਆ ਇਹ ਗੱਲ ਨਹੀਂ ਜਿਹੜੀ ਬਹੁਤ ਕੰਮ ਹੋਇਆ ਪਰ ਜਿਸ ਤਰੀਕੇ ਦੇ ਨਾਲ ਗਰਗ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਕੰਮ ਜਿਹੜਾ ਹੈ ਇਹ ਉਹ ਇੱਕ ਤਾਂ ਕੰਟੀਨਿਊਟੀ ਉਹਦੀ ਰਹਿਣੀ ਚਾਹੀਦੀ ਹੈ ਨੰਬਰ 2 ਤੇ ਜਿਵੇਂ ਚਾਈਨਾ ਮਾਡਲ ਸੀਗਾ ਉਹਨਾਂ ਨੂੰ ਬਹੁਤ ਸਮਾਂ ਲੱਗਿਆ ਸੀ ਪੂਰੀ ਸੁਸਾਇਟੀ ਨੂੰ ਇੱਕ ਪਾਰਟੀ ਦਾ ਕੰਟਰੋਲ ਹੋਣ ਦੇ ਬਾਵਜੂਦ ਤਾਂ ਵੀ ਉਹਨਾਂ ਨੇ ਇਹਨੂੰ ਓਪੀਅਮ ਵਾਰ ਦਾ ਨਾਂ ਦਿੱਤਾ ਸੀਗਾ ਔਰ ਸਾਡੇ ਜਿਹੜੇ ਸਿੰਥੈਟਿਕ ਨਸ਼ੇ ਜਿਹੜੇ ਇਹ ਕੈਪਟਨ ਸਰਕਾਰ ਦੇ ਆਉਣ ਤੋਂ ਪਹਿਲਾਂ ਵਿਕਦੇ ਸੀ ਉਹਨਾਂ ਨੂੰ ਬਹੁਤ ਵੱਡੀ ਨੱਥ ਪਈ ਹੈ ਇਸੇ ਕਰਕੇ ਆ ਪਈ ਹੈ ਬੀ ਐਸ ਪੀ ਦੇ ਡੀ ਆਈ ਜੀ ਦੀ ਪ੍ਰੈਸ ਕਾਨਫਰੰਸ ਹੈ ਉਹ ਕਹਿੰਦਾ ਵੀ ਜਦੋਂ ਦੀ ਕੈਪਟਨ ਸਰਕਾਰ ਆਈ ਹੈ ਇਹ ਨਸ਼ਾ ਤਸਕਰਾਂ 'ਤੇ ਅੰਦਰੂਨੀ ਦਬਾਅ ਇੰਨਾ ਵੱਧ ਗਿਆ ਕਿ ਉਹ ਹੁਣ ਦੂਜੇ ਜ਼ਿਲ੍ਹਿਆਂ 'ਚ ਸ਼ਿਫਟ ਹੋ ਗਏ ਆ ਹੁਣ 140 ਦੇ ਕਰੀਬ ਤਸਕਰ ਆ ਜਿਹੜੇ ਇਸ਼ਤਿਹਾਰੀ ਮੁਰਜਮ ਕਰਾਰ ਦਿੱਤੇ ਆ ਜਾਂ ਉਹ ਦੂਜੇ ਸੂਬਿਆਂ 'ਚ ਭੱਜ ਗਏ ਜਾਂ ਦੂਜੇ ਦੇਸ਼ਾਂ 'ਚ ਭੱਜ ਗਏ ਇਸ ਕਰਕੇ ਇਹ ਪ੍ਰੋਬਲਮ ਨੂੰ ਧਾਰਮਿਕ ਜਥੇਬੰਦੀਆਂ ਸਾਰੀਆਂ ਪੋਲੀਟੀਕਲ ਪਾਰਟੀ ਟੀਚੇ ਹੁਣ ਫਾਰ ਐਗਜ਼ਾਮਪਲ ਅੰਦਰੂਨੀ ਜਿਹੜਾ ਦਬਾਅ ਵਧਿਆ ਨਸ਼ਾ ਤਸਕਰਾਂ ਤੇ ਉਹ ਦੂਜੇ ਸੂਬਿਆਂ ਨੂੰ ਜਿਹੜੇ ਆ ਉਹ ਸ਼ਿਫਟ ਹੋ ਗਏ ਆ ਪਰ ਉਹ ਫੜਦੇ ਆ ਉੱਥੋਂ ਕਿੰਨੀ ਹੀਰੋਇਨ ਫੜੀ ਗਈ ਹੁਣ ਸ਼ਸ਼ੀਕਾਂਤ ਜੀ ਕਹਿੰਦੇ ਜੀ ਇਹ ਤਾਂ ਐਵੇਂ ਹੀ ਇਹਨੂੰ ਪਾੜ ਕੇ ਛੱਡ ਦਿਓ ਆਹ ਰਜਿਸਟਰਡ ਹੋਏ ਕੇਸ ਹੈ ਬੰਦੇ ਅੰਦਰ ਗਏ ਹੈ ਈਅਰ ਵਾਈਜ਼ ਐਸਟੀਐਫ ਮਤਲਬ ਅਸੀਂ ਜੇਲ੍ਹਾਂ 'ਚ ਹੀ ਤਾੜ ਰਹੇ ਹਾਂ ਨਾ ਨਹੀਂ ਇਕੱਲੀ ਜੇਲ੍ਹਾਂ 'ਚ ਨਸ਼ੇ ਤੇ ਕਾਬੂ ਤਾਂ ਨਹੀਂ ਕਰ ਪਾ ਰਹੇ ਇਕੱਲੇ ਜੇਲ੍ਹਾਂ 'ਚ ਨਹੀਂ ਜਿਹੜੇ ਸਿੰਥੈਟਿਕ ਨਸ਼ੇ ਹੈ ਉਹ ਆਲਮੋਸਟ ਕਾਫੀ ਹੱਦ ਤੱਕ ਖਤਮ ਹੋ ਗਿਆ ਜਿਹੜੇ ਦੂਜੇ ਨਸ਼ੇ ਹੁਣ ਫਾਰ ਐਗਜ਼ਾਮਪਲ 2,00,000 ਬੰਦਾ ਸ਼ਰਾਬ ਪੀਂਦਾ ਪੰਜਾਬੀ ਹੁਣ ਸ਼ਰਾਬ ਨੂੰ ਨਸ਼ੇ ਹੀ ਨਹੀਂ ਮੰਨਦੇ ਤੁਸੀਂ ਮੰਨਦੇ ਹੋ ਨਹੀਂ ਅੱਛਾ ਪਰ ਤੁਸੀਂ ਮੰਨਦੇ ਹੋ ਕਿ ਨਹੀਂ ਮੇਰੀ ਸੁਣੋ ਨਾ ਤੁਸੀਂ ਮੰਨਦੇ ਹੋ ਕਿ ਨਹੀਂ ਮੈਂ ਦੱਸਦਾ ਤੁਹਾਡੀ ਸਰਕਾਰ ਮੰਨਦੀ ਹੈ ਨਹੀਂ ਇੱਕ ਮਿੰਟ ਸ਼ਰਾਬ ਨਸ਼ਾ ਹੈ ਕਿ ਨਹੀਂ 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 ਤੁਸੀਂ ਸਵਾਲ ਤੋਂ ਵੱਜੋ ਨਾ ਤੁਸੀਂ ਆਪ ਗੱਲ ਛੇੜੀ ਮੈਂ ਤਾਂ ਉਸੇ ਸਵਾਲ ਦਾ ਜਵਾਬ ਲਊਂਗਾ ਸ਼ਰਾਬ ਨੂੰ ਨਸ਼ਾ ਮੰਨਦੇ ਹੋ ਕਿ ਨਹੀਂ ਮੰਨਦੇ ਮੈਂ ਤਾਂ ਪੰਜਾਬੀਆਂ ਦੀ ਮਾਨਸਿਕਤਾ ਦੱਸੀ ਨਸ਼ੇ ਦਾ ਤੁਸੀਂ ਸਾਰੇ ਪੰਜਾਬੀ ਨੂੰ ਕਟਾਰੇ ਖੜਾ ਕਰੀਏ ਡਾਕਟਰ ਸੰਧੂ ਨਸ਼ਾ ਤਾਂ ਹੈ ਡਾਕਟਰ ਸੰਧੂ ਮੈਂ ਵੀ ਪੰਜਾਬੀ ਹਾਂ ਨਸ਼ਾ ਤਾਂ ਹੈ ਮੈਂ ਮੰਨਦਾ ਸ਼ਰਾਬ ਨੂੰ ਨਸ਼ਾ ਤੁਸੀਂ ਮੈਨੂੰ ਉਸ ਕਟਾਰੇ 'ਚ ਕਿਉਂ ਖੜਾ ਕਰ ਰਹੇ ਹੋ ਮੈਨੂੰ ਸੁਣੋ ਮੈਨੂੰ ਲਾਇਸੈਂਸ ਕਿਉਂ ਦੇ ਰਹੇ ਹੋ ਕਿ ਮੈਂ ਸ਼ਰਾਬ ਪੀਣਾ ਨਾਗਾਲੈਂਡ ਦੀਆਂ ਔਰਤਾਂ ਨਹੀਂ ਸਾਰੇ ਪੰਜਾਬੀਆਂ ਨੂੰ ਨਹੀਂ ਡਾਕਟਰ ਸੰਧੂ ਇਹੀ ਮਾਨਸਿਕਤਾ ਜਿਹੜੀ ਪੰਜਾਬ ਨੂੰ ਬਦਨਾਮ ਕਰ ਰਹੀ ਇਹੀ ਮਾਨਸਿਕਤਾ ਕਿ ਪੰਜਾਬੀਆਂ ਦੀ ਮਾਨਸਿਕਤਾ ਹੈ ਕਿ ਉਹਨਾਂ ਨੂੰ ਸ਼ਰਾਬੀ ਮੰਨਿਆ ਜਾਂਦਾ
ਜੇ ਅਸੀਂ ਇਹ ਨਹੀਂ ਬਦਲਾਂਗੇ ਅਸੀਂ ਸੁਧਾਰ ਕਿਵੇਂ ਕਰਾਂਗੇ? ਇਹ ਡੈਪੋ ਵੱਡੀ ਬਣਾਉਣਾ ਕੁਛ ਨਹੀਂ ਹੋਣਾ, ਫਿਰ ਸਾਡੀ ਮਾਨਸਿਕਤਾ ਕਦੋਂ ਬਦਲੇਗੀ? ਸਵਾਲ ਇਹ ਹੈ ਡਾਕਟਰ ਸੰਧੂ। ਮੈਂ ਤਾਂ ਹੀ ਕਿਹਾ ਵੀ ਸੁਸਾਇਟੀ ਦੇ ਹਰੇਕ ਅੰਗ ਨੂੰ ਇਹਦੇ 'ਚ ਆਪਣੀ ਤੁਸੀਂ ਤਾਂ ਹਰੇਕ ਅੰਗ ਨੂੰ ਖੜਾ ਕਰਤਾ ਨਾ, ਪੰਜਾਬੀਆਂ ਦੀ ਮਾਨਸਿਕਤਾ ਇਹੋ ਜਿਹੀ ਹੈ, ਫਿਰ ਤੁਸੀਂ ਕਹਿੰਦੇ ਕਿ ਬਾਹਰ ਬਦਨਾਮ ਕਰਦੇ, ਅਸੀਂ ਤਾਂ ਆਪਦੇ ਆਪ ਨੂੰ ਆਪ ਬਦਨਾਮ ਕਰ ਰਹੇ। ਇਕਬਾਲ ਸਿੰਘ, ਉਹ ਮਾਨਸਿਕਤਾ ਬਦਲ ਦੀ ਲੋੜ। ਇਕਬਾਲ ਸਿੰਘ, ਤੁਸੀਂ ਕਹਿ ਰਹੇ ਸੀ ਮੇਰੇ ਕੋਲ ਕੁਝ ਪੁਆਇੰਟ ਹੈਗੇ ਆ, ਇਹੋ ਜਿਹੀ ਮਾਨਸਿਕਤਾ ਕਿਵੇਂ ਬਦਲੋਗੇ ਤੁਸੀਂ? ਦੇਖੋ, ਮਾਨਸਿਕਤਾ ਕੁਛ ਨਹੀਂ ਹੈਗੀ, ਇਹ ਕਾਨੂੰਨ ਦਾ ਡੰਡਾ ਹੈ ਨਹੀਂ ਕਿ ਮੈਂ ਵਿਕ ਜੂਗਾ ਨਸ਼ਾ। ਤੁਸੀਂ ਮੈਨੂੰ ਦੱਸੋ, ਕੋਰਟ ਦਾ ਡਾਇਰੈਕਸ਼ਨਾਂ ਪਹਿਲਾਂ ਵੀ ਪਾਸ ਆਨ ਬਹੁਤ ਕਰਦਾ, ਪਰ ਇੰਪਲੀਮੈਂਟ ਨਹੀਂ ਹੁੰਦੀਆਂ ਹੈ। ਇੰਪਲੀਮੈਂਟ ਕਿਵੇਂ ਹੋਊਗੀਆਂ? ਤੁਸੀਂ SIT ਦਾ ਜਿਹੜਾ ਚੀਫ ਹੈ, UPSC ਤੋਂ ਮੰਗਾਓ ਨਾ ਪੈਨਲ, ਕੋਈ ਲਾਓ ਮੁੰਡਾ, ਕੋਈ ਬਾਹਰਲੀ ਸਟੇਟ ਤੋਂ ਲਾਓ, ਦੇਖ ਕਿਵੇਂ ਕਰਦਾ ਕੰਟਰੋਲ। UPSC ਨੂੰ ਪੈਨਲ ਭੇਜ ਚੁੱਕੀ ਹੈ ਇਹ 12 ਜਣਾਂ ਦਾ, 12 ਜਣਾਂ ਦਾ ਪੈਨਲ ਭੇਜਿਆ। STF ਦਾ ਵੀ ਚੀਫ UPSC ਤੋਂ ਲੱਗਣਾ ਚਾਹੀਦਾ। ਤੁਸੀਂ ਚਾਹੁੰਦੇ ਸਰਕਾਰਾਂ ਨਾ ਲਾਵੇ ਆਪਣੀ ਮਰਜ਼ੀ ਦੀਆਂ? ਤੁਸੀਂ ਇਹ ਚਾਹੁੰਦੇ STF ਦਾ ਚੀਫ ਵੀ UPSC ਤੋਂ ਲੱਗਣਾ ਚਾਹੀਦਾ? ਹਾਂ, ਯੈਸ। ਮਤਲਬ ਜਦੋਂ ਕੁਪੇਦ ਭਾਵ ਹੋਊਗਾ ਨਹੀਂ ਤਾਂ ਇਹ ਜਾ ਕੇ ਗੱਲ ਬਣਨੀ ਹੈ। ਬਾਕੀ ਤੁਸੀਂ ਸਿਸਟਮ ਤਾਂ ਅੰਗਰੇਜ਼ਾਂ ਤੋਂ ਬਾਅਦ ਸੌਂਦਾ ਹੁਣ ਕੁੰਭਕਰਨ ਹੀ ਨਹੀਂ ਸੌਂ ਗਿਆ, ਜਦ ਤੱਕ ਕੋਰਟ ਦਾ ਡੰਡਾ ਚੱਲਦਾ ਥੋੜ੍ਹੀ ਜਿਹਾ ਖੋਲ ਲੈਂਦਾ, ਉਹ ਤੋਂ ਬਾਅਦ ਫਿਰ ਸੌਂ ਜਾਂਦਾ। ਇਸ ਕਰਕੇ ਕੋਰਟਾਂ ਨੂੰ ਕਿਉਂ ਇੰਟਰਵੀਨ ਕਰਨਾ ਪੈਂਦਾ, ਸਿਸਟਮ ਕਿਉਂ ਨਹੀਂ ਫੰਕਸ਼ਨ ਕਰ ਰਿਹਾ? ਕੋਰਟ ਨੇ ਇੰਟਰਵੀਨ ਕੀਤਾ, ਕੋਰਟ ਨੇ ਇੰਟਰਵੀਨ ਕੀਤਾ। ਹੁਣ ਮੈਂ ਤੁਹਾਨੂੰ ਦੱਸ ਦਿੰਦਾ, VIP ਤੇ ਜਿੰਨੀ ਸਾਡੀ ਪੁਲਿਸ ਦੇਖਭਾਲ ਤੇ ਲੱਗੀ ਵੀ ਆ, ਮੇਰੇ ਖਿਆਲ 50% ਪੁਲਿਸ ਉਹਨਾਂ ਤੇ ਲੱਗੀ ਵੀ, ਪੇਡ ਸਕਿਉਰਟੀ ਕਰ ਦਿਓ ਸਭ ਦੀ, ਦੇਖਾ ਸਾਰੇ ਨਾ ਵਾਪਸ ਕਰ ਦੇਣ ਸਕਿਉਰਟੀਆਂ। ਥਾਣਿਆਂ 'ਚ ਪੁਲਿਸ ਨਹੀਂ ਹੈਗੀ, ਤੁਸੀਂ ਮੈਨ ਪਾਵਰ ਦੀ ਤਾਂ ਲੋੜ ਹੈ ਇਹਨੂੰ ਕੰਟਰੋਲ ਕਰਨ ਦੀ, ਮੈਨ ਪਾਵਰ ਹੈ ਕਿੱਥੇ ਪੰਜਾਬ 'ਚ? ਸਾਰੀ ਪੁਲਿਸ ਤਾਂ ਇਹਨਾਂ ਨੂੰ VIPਾਂ ਨੂੰ ਪਾਲਣ ਪੋਸ਼ਣ ਤੇ ਲੱਗੀ ਹੋਈ ਹੈ। ਇਸ ਚੀਜ਼ਾਂ ਤੇ ਗੌਰ ਕਰਨੀ ਪਊਗੀ, ਜੇ ਕੋਈ ਚੰਗੀ ਇੱਛਾ ਸ਼ਕਤੀ ਵਾਲੀ ਸਰਕਾਰ ਆਊਗੀ ਕਿਉਂ ਨਹੀਂ ਹੋਦਾ, ਕੰਟਰੋਲ ਹੋ ਸਕਦਾ, ਸਭ ਕੁਝ ਹੋ ਸਕਦਾ। ਜੇ ਭੇਦਭਾਵ ਨਾ ਹੋਵੇ, ਇਹ ਮੇਰਾ ਬੰਦਾ ਹੈ ਤੇਰਾ ਬੰਦਾ, ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਹੈਗੀਆਂ। ਪੁਲਿਸ ਦਾ ਸਿਆਸੀਕਰਨ ਬੰਦ ਹੋਣਾ ਚਾਹੀਦਾ, ਬਿਲਕੁਲ ਸਿਆਸੀਕਰਨ ਬੰਦ ਹੋਣਾ ਚਾਹੀਦਾ, ਸਭ ਕੁਝ ਠੀਕ ਹੋ ਜਾਊਗਾ। ਅਮਲੀਆਂ ਨੂੰ ਫੜ ਕੇ ਕੁਝ ਨਹੀਂ ਹੋਣਾ, ਕਿੰਗ ਪਿੰਨਾਂ ਨੂੰ ਠੋਕੋ। ਸਤਿ ਸ਼੍ਰੀ ਅਕਾਲ ਜੀ। ਪੁਲਿਸ ਦਾ ਸਿਆਸੀਕਰਨ ਆ ਸਾਰੀ ਜੜ ਦੀ ਵਜ੍ਹਾ। ਪੁਲਿਸ ਦਾ ਸਿਆਸੀਕਰਨ ਇੱਕ ਵੱਡੀ ਵਜ੍ਹਾ ਹੈਗੀ ਹੈ, ਤੁਸੀਂ ਚਾਹੇ UPSC ਤੋਂ ਮੰਗਾ ਲਓ, ਚਾਹੇ ਯੂਨਾਈਟਿਡ ਨੇਸ਼ਨਸ ਤੋਂ ਮੰਗਾ ਲਓ, STF ਦਾ ਹੈਡ ਜਦੋਂ ਇੱਥੇ ਆਏਗਾ ਹੁੰਦਾ ਹੈ, ਕਾਕਾ ਜੀ ਤੁਸੀਂ ਇਹ ਕਰਨਾ ਫੜਨਾ ਹੈਗਾ, ਇਹਨੂੰ ਛੱਡਣਾ ਹੈਗਾ, ਉਹਨਾਂ ਤੁਹਾਡੇ ਖਿਲਾਫ ਪਰਚੇ ਹੋ ਜਾਂਦੇ ਨੇ। ਆਈ ਹੈਵ ਟੂ ਲੀਵ ਸਟੇਟ ਵਿਦਇਨ 24 ਆਵਰਸ, ਕੋਈ ਕੇਸ ਹੋਇਆ ਸੀ ਕਿ ਤੇਰੇ ਉੱਤੇ 10 ਪਰਚੇ ਪਾ ਦਿਆਂਗਾ, ਵਰਨਾ 24 ਘੰਟੇ ਸਟੇਟ ਛੱਡ ਕੇ ਚਲਾ ਜਾ, ਵੈਨ ਆਈ ਗੋਨ ਆਊਟ ਇਨ ਡੈਪੂਟੇਸ਼ਨ। ਇਹ ਸਿਆਸੀਕਰਨ ਹੈਗਾ ਪੰਜਾਬ ਪੁਲਿਸ ਦਾ। ਕਿੰਨੇ ਧਮਕੀ ਦਿੱਤੀ ਤੁਸੀਂ? 10 ਅਸੀਂ ਕੋਈ ਦੱਸ ਸਕਦੇ ਹੋ ਕਿ ਨਹੀਂ? ਹਾਂਜੀ ਦੱਸ ਸਕਦੇ ਹੋ ਕਿੰਨੇ ਧਮਕੀ ਦਿੱਤੀ ਤੁਹਾਨੂੰ? ਅਸੀਂ ਕੋਈ ਹੁਣ ਮੈਂ ਨਹੀਂ ਦੱਸਾਂਗਾ, ਮੈਂ ਕੀ ਕਰਨ ਲੱਗੇ, ਬਥੇਰੇ ਕੇਸ ਭੁਗਤ ਰਹੇ ਹੈਗੇ ਮੈਂ। ਨਹੀਂ ਠੀਕ ਹੈ, ਇਹੋ ਜਿਹੇ ਸਵਾਲ ਹੈ ਜਦੋਂ ਨਹੀਂ ਜਿਨ੍ਹਾਂ ਦਾ ਜਵਾਬ ਨਹੀਂ ਆਉਂਦਾ ਗਾ, ਫਿਰ ਇੱਥੋਂ ਪਤਾ ਲੱਗਦਾ ਕਿ ਦਬਾਅ ਕਿੰਨਾ ਹੈਗਾ। ਨਸ਼ੇ ਦੇ ਖਿਲਾਫ਼ ਤੁਸੀਂ ਆਵਾਜ਼ ਚੁੱਕਦੇ ਹੈਗੇ ਆ, ਉਹਦਾ ਦਬਾਅ ਬਹੁਤ ਪੈ ਜਾਂਦਾ ਹੈਗਾ। ਜਦੋਂ ਸਿਆਸਤ ਦੇ ਵਿੱਚ ਕੋਈ ਆਵਾਜ਼ ਚੁੱਕਦਾ ਹੈਗਾ ਤਾਂ ਸਿਆਸਤ 'ਤੇ ਵੀ ਸਵਾਲ ਖੜੇ ਹੁੰਦੇ ਆ, ਕਿਉਂਕਿ ਕਹਿੰਦੇ ਆ ਸਿਆਸਤ ਦੀ ਮਿਲੀ ਭੁਗਤ ਹੈਗੀ ਆ, ਤਾਂ ਹੀ ਨਸ਼ਾ ਵਿਕਦਾ ਪਿਆ ਹੈਗਾ। ਨਸ਼ਾ ਸ਼ਰਾਬ ਦਾ ਹੈਗਾ ਜਾਂ ਨਸ਼ਾ ਜਿਹੜਾ ਚਿੱਟੇ ਦਾ ਹੈਗਾ, ਉਸ ਨੂੰ ਵੰਡ ਕੇ ਕਿਵੇਂ ਦੇਖਿਆ ਜਾਵੇ? ਸਾਡੀ ਮਾਨਸਿਕਤਾ ਦੇ ਵਿੱਚ ਇਹ ਨਸ਼ਾ ਵੜ ਚੁੱਕਿਆ ਹੈਗਾ, ਇਸ ਮਾਨਸਿਕਤਾ ਨੂੰ ਕਿਵੇਂ ਬਦਲਿਆ ਜਾਵੇਗਾ? ਇੱਕ ਪਾਸੇ ਕਿਹਾ ਜਾ ਰਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਕਮਜ਼ੋਰ ਹੈਗੀ ਆ, ਦੂਜੇ ਪਾਸੇ ਕਿਹਾ ਜਾ ਰਿਹਾ ਕਿ ਸਮਾਜ ਵਿੱਚ ਜਾਗਰੂਕਤਾ ਜ਼ਰੂਰੀ ਹੈਗੀ ਆ। ਸਾਰੀਆਂ ਧਿਰਾਂ ਦੇ ਵਿਚਾਲੇ ਜਦੋਂ ਸਭ ਕੁਝ ਫੇਲ ਹੋ ਜਾਂਦਾ, ਫਿਰ ਕਹਿੰਦੇ ਸਰਹੱਦ ਪਾਰ ਤੋਂ ਆਉਂਦਾ ਹੈਗਾ। ਅਸੀਂ ਕਿੱਥੇ ਕਿੱਥੇ ਘਿਰੇ ਪਏ ਹੈਗੇ, ਸਵਾਲ ਬਹੁਤ ਸਾਰੇ ਹੈਗੇ ਆ। ਸਾਡੇ ਪ੍ਰਸ਼ਾਸਨ, ਸਾਡੇ ਪ੍ਰਬੰਧ ਕਿੰਨੇ ਕੰਮ ਕਰਦੇ ਪਏ ਹੈਗੇ ਆ? ਸਾਡੇ ਕੋਲ ਤਾਂ ਸਕੂਲਾਂ ਵਿੱਚ ਅਧਿਆਪਕ ਪੂਰੇ ਨਹੀਂ ਹੈਗੇ, ਅਤੇ ਸਾਡੇ ਕੋਲ ਨਫ਼ਰੀ ਇਕੱਠ ਹੈਗੀ ਆ, VIP ਸਿਕਿਉਰਟੀ ਲੱਗੀ ਪਈ ਹੈਗੀ ਆ, ਅਸੀਂ ਸਕੂਲਾਂ ਦੇ ਬਾਹਰ ਪੁਲਿਸ ਵਾਲੇ ਕਿਵੇਂ ਲਾ ਦਾਂਗੇ? ਸਵਾਲ ਬੜੇ ਮਹੱਤਵਪੂਰਨ ਹੈਗੇ ਆ, ਅਤੇ ਜਦੋਂ ਖਾਕੀ ਅਤੇ ਖਾਦੀ ਦਾ ਆਪਸ ਵਿੱਚ ਟਕਰਾਅ ਹੋ ਜਾਵੇ ਤਾਂ ਫਿਰ ਸਵਾਲ ਉੱਥੇ ਮੁੱਕ ਜਾਂਦੇ। ਮੇਰੇ ਤੋਂ ਵਾਪਸ ਆ ਰਿਹਾ, 25 ਵਾਲਾ ਪੌੜਾ ਹੈ ਕੀ? ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸੂਬੇ 'ਚ ਨਸ਼ੇ 'ਤੇ ਨੱਥ ਪਾਉਣ ਲਈ ਸਰਕਾਰ ਦੇ ਹੱਥ ਨੂੰ ਹਾਈਕੋਰਟ ਦੀਆਂ ਹਦਾਇਤਾਂ ਕਿਉਂ? ਇਸ ਸਵਾਲ 'ਤੇ ਬਹਿਸ ਕਰ ਰਹੇ ਸਤਿੰਦਰ ਸਿੰਘ ਗਿੱਲ। ਪੁਲਿਸ ਦਾ ਸਿਆਸੀਕਰਨ ਸਾਰੇ ਮਾਮਲੇ ਦੀ ਜੜ ਹੈਗੀ ਆ, ਪੁਲਿਸ ਦਾ ਸਿਆਸੀਕਰਨ ਨਾ ਹੋਵੇ ਤਾਂ ਬਹੁਤ ਚੀਜ਼ਾਂ ਕੰਟਰੋਲ ਵਿੱਚ ਕੀਤੀਆਂ ਜਾ ਸਕਦੀਆਂ। ਦੇਖੋ, ਪੋਲੀਟੀਸਾਈਜ਼ ਤਾਂ ਹੈ ਹੀ ਹੈ ਸਿਸਟਮ ਵਿੱਚ, ਕੋਈ ਸ਼ੱਕ ਨਹੀਂ, ਪਰ ਪੋਲੀਟੀਸਾਈਜ਼ ਹੋਣ ਨਾਲ ਇਹ ਨਹੀਂ ਹੁੰਦਾ ਵੀ ਤੁਹਾਨੂੰ ਆਪਣੀ ਡਿਊਟੀ 'ਤੇ ਉਹਨੂੰ ਡਿਊਟੀ ਨੂੰ ਨਿਭਾਉਣਾ ਕਿਵੇਂ ਵੀ ਉੱਥੋਂ ਤੱਕ ਇੰਟਰਫੇਰੈਂਸ ਹੋਏ। ਹੁਣ ਇੱਕ SHO ਲੈਵਲ ਦੀ ਜੇ ਕੋਈ ਡਿਊਟੀ ਨਿਭਾ ਰਿਹਾ ਬੰਦਾ, ਉਹਦੇ 'ਚ ਹੋਮ ਮਿਨਿਸਟਰ ਦੀ ਕੀ ਇੰਟਰਫੇਰੈਂਸ ਹੋਏਗੀ? ਦੱਸੋ ਕੀ ਇੰਟਰਫੇਰੈਂਸ ਹੋ ਸਕਦੀ? ਇਹ ਬਿਲਕੁਲ ਠੀਕ ਸੀ, STF ਦੇ ਚੀਫ ਦਾ ਬਿਆਨ ਆਇਆ ਵੀ ਪੁਲਿਸ ਦੇ ਵਿੱਚ ਵੀ ਕਾਲੀਆਂ ਪੇਡਾਂ ਹੈਗੀਆਂ ਜਿਹੜੀਆਂ ਬਕਮੁੰਦੀਆਂ ਨੇ। ਇੱਕ ਆਪਾਂ ਹੁਣ ਸਾਰੇ ਨੇ ਕੀਤੀ ਗੱਲ, ਓਪੀਨੀਅਨ ਇਹ ਆ ਰਿਹਾ ਸੀ ਅਖੀਰ ਦੇ ਵਿੱਚ ਵੀ ਸਮਾਜ ਦੀ ਜ਼ਿੰਮੇਵਾਰੀ ਵੀ ਬਣਦੀ ਹੈ, ਅਤੇ ਮੈਂ ਸਹਿਮਤ ਹਾਂ। ਦੇਖੋ, ਜਿਹੜੇ ਡਰੱਗਸ ਵੇਚਦੇ ਆ ਨਾ ਮੇਨ ਬੰਦੇ,
ਉਹ ਜਿਹੜੇ ਡਰੱਗਸ ਖਾਂਦੇ ਆ ਉਹਨਾਂ ਨੂੰ ਉਹ ਸਪਲਾਇਰ ਦੇ ਤੌਰ ਤੇ ਵਰਤਦੇ ਆ ਗਾਂ ਵੇਚਣ ਵਾਸਤੇ ਡਰੱਗਸ। ਗੱਲ ਤੁਹਾਡੀਆਂ ਗੱਲਾਂ ਸਾਰੀਆਂ ਸਾਰੀਆਂ ਵਧੀਆ ਹੋ ਸਕਦੀਆਂ ਸੀ। ਇੱਕ ਮੈਂ ਕਰਦੇ ਆ ਜੀ ਪੂਰੀ ਗੱਲ, ਜਦੋਂ ਅਸੀਂ ਪੰਜਾਬ ਨੂੰ ਪੰਜਾਬੀਆਂ ਨੂੰ ਦੱਸ ਹੀ ਨਹੀਂ ਪਾ ਰਹੇ ਵੀ ਭਾਈ ਤੁਸੀਂ ਕਿਹੜੇ ਕਿਹੜੇ ਨਸ਼ਾ ਕਰਦੇ ਹੋ, ਬੋਲੀਓ ਦੇ ਮਰੀਜ਼ ਲੱਭ ਲਿਆ ਅਸੀਂ ਉਹਨਾਂ ਦੇ ਨੱਥ ਪਾ ਲਿਆ, ਕਾਲੇ ਪੀਲੇ ਦਾ ਸਾਨੂੰ ਪਤਾ ਲੱਗਾ, ਵੱਖਰੀ ਗੱਲ ਸਾਡਾ ਸਿਰ ਮੈਂ ਕੋਈ ਕੰਮ ਕਿਨਾ ਕਰਦਾ। ਡਾਟਾਸ ਦੇਣੇ ਚਾਹੀਦੇ ਆ ਵੀ ਤੁਸੀਂ ਕਿਉਂ ਨਹੀਂ ਦਿੱਤੇ, ਤੁਸੀਂ ਕਿਉਂ ਨਹੀਂ ਦਿੱਤੇ, ਨਹੀਂ ਦਿੱਤੇ ਤੇ ਗੱਲ ਵਾਰ ਇੱਕੋ ਇੱਕੋ ਰਾਤ ਲੱਭਿਆ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ, ਕਿ ਨਹੀਂ ਦਿੱਤੇ, ਤੁਸੀਂ ਚਾਹੁੰਦੇ ਤਾਂ ਬਦਨਾਮੀ ਦਾ ਦਾਗ ਹੈ ਜਿਹੜਾ ਉਹ ਕੱਟ ਸਕਦਾ ਸੀਗਾ, ਨਹੀਂ ਦਿੱਤੇ ਤੇ ਮਾੜੀ ਗੱਲ ਹੈ, ਇਹ ਸਰਕਾਰ ਕੋ ਸਮਾਂ ਹੈਗਾ ਦੇ ਦੇਣ। ਮੈਂ ਜਿਹੜੀ ਗੱਲ ਕਰ ਰਿਹਾ ਇੱਕ ਦੂਜੇ ਛੱਡੀ ਜਾਓ ਬਸ, ਵੇਖੋ ਵਿਲ ਪਾਵਰ ਹੋਏ ਤਾਂ ਕੰਮ ਹੋਣੇ ਚਾਹੀਦੇ, ਜੇ ਸਾਡੇ ਵੇਲੇ ਨਹੀਂ ਹੋਇਆ ਕਿਤੇ ਮੌਕਾ ਮਿਲਿਆ ਤਾਂ ਇਹ ਗੱਲ ਨੂੰ ਧਿਆਨ 'ਚ ਰੱਖਾਂਗੇ ਵੀ ਡਾਟਾ ਜ਼ਰੂਰ ਸਾਹਮਣੇ ਆਇਆ, ਇਹ ਬੜੀ ਇੰਪੋਰਟੈਂਟ ਹੈ ਤੁਹਾਡੀ ਗੱਲ, ਪਤਾ ਤਾਂ ਹੋਏ ਨਾ। ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਡਰੱਗ ਪੈਡਲਰਸ ਆ ਨਾ ਜਿਹੜੇ ਡਰੱਗ ਨਸ਼ਾ ਖਾਂਦੇ ਆ ਮੁੰਡੇ, ਉਹਨਾਂ ਦੇ ਜੇ ਮਾਂ ਪਿਓ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ 'ਚ ਲਿਆਉਣਾ ਚਾਹੁੰਦੇ ਜਾਂ ਚਾਹੁੰਦੇ ਔਲਾਦ ਮੇਰੀ ਠੀਕ ਹੋਵੇ, ਪੁਲਿਸ ਉੱਥੇ ਹੈਲਪ ਨਹੀਂ ਕਰਦੀ। ਤੁਸੀਂ ਡਾਕਟਰ ਗੱਲ ਦਿੰਦਾ ਵੀ ਸਾਡਾ ਨਿਆਣਾ ਚੁੱਕ ਕੇ ਅੰਦਰ ਨਾ ਲਾ ਕੇ ਗਏ ਸੀਗੇ, ਮੇਰਾ ਸਵਾਲ ਹੈ ਤੁਸੀਂ ਸਾਰੇ ਲੋਕ ਰਲ ਕੇ ਇਹ ਕਿਉਂ ਨਹੀਂ ਤਹੱਈਆ ਕਰਦੇ ਕਿ ਇਹਦੀ ਸਪਲਾਈ ਟੁੱਟੇ, ਨਸ਼ਾ ਆਵੇ ਹੀ ਨਾ ਪੰਜਾਬ 'ਚ ਜਿੱਥੋਂ ਆ ਰਿਹਾ ਜਿੱਥੋਂ ਸਪਲਾਈ ਹੋ ਰਿਹਾ। ਇਹ ਨਹੀਂ ਗੱਲ, ਮੇਰੀ ਗੱਲ ਸੁਣੋ, ਮੈਂ ਇੱਕ ਪਹਿਲਾਂ ਕਿਹਾ ਸੀ ਇਹ ਚੀਜ਼ ਖਤਮ ਨਹੀਂ ਹੋ ਸਕਦੀ, ਬਸ ਠੀਕ ਹੈ, ਬਸ ਕੰਟਰੋਲ ਹੋ ਸਕਦੀ ਹੈ, ਇਹੀ ਵਿਲ ਪਾਵਰ ਹੈ, ਇਹੀ ਵਿਲ ਪਾਵਰ, ਇੱਕ ਵਾਰ ਸੱਚਾਈ ਹੈ, ਇੱਕ ਵਾਰ ਇੱਕ ਕੌੜੀ ਸੱਚਾਈ ਨੂੰ ਮੰਨ ਲਓ, ਸ਼੍ਰੋਮਣੀ ਅਕਾਲੀ ਦਲ ਨੇ ਸੱਚ ਇਹਨਾਂ ਦੇ ਬੁਲਾਰੇ ਨੇ ਸੱਚ ਸਟੂਡੀਓ ਦੇ ਵਿੱਚ ਕਬੂਲ ਕੀਤਾ, ਨਸ਼ਾ ਖਤਮ ਨਹੀਂ ਹੋ ਸਕਦਾਗਾ, ਇਹਨਾਂ ਦੇ ਸਵਾਲ ਵਿੱਚ ਕੁਝ ਦਮ ਹੈਗਾ ਕਿ ਨਹੀਂ? ਬਿਲਕੁਲ ਸਹੀ ਬੋਲ ਰਹੇ, ਇਹ ਇਸੇ ਤਰ੍ਹਾਂ ਚੱਲਦਾ ਰਹੂਗਾ ਜਦੋਂ ਤੱਕ ਮਾਨਸਿਕਤਾ ਇਹੀ ਰਹੂਗੀ, ਜੇ ਇੱਛਾ ਸ਼ਕਤੀ ਬਦਲੂਗੀ ਤਾਂ ਮਨ ਅੱਗੇ ਨੂੰ। ਤੁਸੀਂ ਫਿਰ ਕੰਮ ਕਰ ਲਓ ਨਾ, ਕੋਈ ਇਕਬਾਲ ਸਿੰਘ ਤੁਹਾਡੇ, ਚਲੋ 20 ਵਿਧਾਇਕ ਹੈਗੇ ਆ, ਹੁਣ ਕੁਝ ਰੁੱਸੇ ਵੀ ਪਏ ਹੈਗੇ ਆ, ਜਿੰਨੇ ਵਿਧਾਇਕ ਹੈਗੇ ਆ ਉਹ ਆਪਦੇ ਆਪਦੇ ਇਲਾਕੇ ਦੇ ਵਿੱਚ ਕੋਈ ਡਾਟਾ ਤਾਂ ਉੱਥੋਂ ਕਲੈਕਟ ਕਰ ਲੈਣ, ਕੋਈ ਡਿਊਟੀਆਂ ਲਾ ਲਓ। ਡਾਟਾ ਤਾਂ ਪਿਆਰੇ ਲਾਲ ਜੀ ਨੇ ਦੱਸਿਆ ਤੁਹਾਨੂੰ, ਡਾਟਾ ਕਲੈਕਟ ਕਰਕੇ ਕੀ ਹੋਊਗਾ? ਕੁਛ ਨਹੀਂ ਹੋਊਗਾ, ਕੁਛ ਨਹੀਂ ਹੁੰਦਾ ਜਦ ਤੱਕ ਤੁਹਾਡੀ ਇੱਛਾ ਸ਼ਕਤੀ ਖਤਮ ਕਰਨ ਦੀ ਨਹੀਂ ਹੋਊਗੀ। ਖਤਮ ਕੀ ਹੈ, ਕਮਲੀ ਨੂੰ ਫੜ ਲਓ, ਤੂੰ ਕਿੱਥੋਂ ਲੈ ਆ, ਉਹ ਅੱਗੇ ਦੱਸੂਗਾ, ਅੱਗੇ ਦੱਸੂਗਾ, ਥੋੜੇ ਕਿੰਗ ਪਿੰਨ ਤੱਕ ਪਹੁੰਚ ਜੂਗੇ, ਅਮਲੀ ਨੂੰ ਛੱਡ ਦਿਓ, ਕਿੰਗ ਪਿੰਨ ਨੂੰ ਫੜ ਲਓ, ਉਹਦਾ ਇਲਾਜ ਕਰਾਓ, ਮਿੰਟ 'ਚ ਫੜ ਹੋ ਸਕਦਾ, ਪਤਾ ਲੱਗ ਜਾਏਗਾ, ਤੁਹਾਡੀ ਇੱਛਾ ਸ਼ਕਤੀ ਹੋਣੀ ਚਾਹੀਦੀ ਹੈਗੀ, ਇਹ ਡਾਟਿਆਂ ਡੂਟਿਆਂ ਨਾਲ ਕੱਖ ਨਹੀਂ ਹੋਣਾ ਹੈਗਾ। ਜੇ ਤੁਹਾਡੀ ਇੱਛਾ ਸ਼ਕਤੀ ਹੈ ਥੱਲਿਓਂ ਚੱਲੋ, ਫੜਦੇ ਫੜਦੇ ਉੱਪਰ ਫੜ ਦਿਓ, ਕਿੰਨੇ ਕੁ ਹੈੱਡਕੁਆਰਟਰ ਹੋਣਗੇ ਇਹਨਾਂ ਦੇ? ਡਾਟਾ ਸੰਦੋ, ਮੈਂ ਤੁਹਾਡੇ ਤੇ ਸਿਆਸਤ ਸਾਰੇ ਸਵਾਲ ਚੱਕਦੀ ਆ, ਮੈਂ ਨਹੀਂ ਚੱਕ ਰਿਹਾ, ਮੈਂ ਤਾਂ ਸਿੰਪਲ ਇਹ ਗੱਲ ਕਹਿ ਰਿਹਾ, ਹਾਈ ਕੋਰਟ ਦਾ ਜਿਹੜਾ ਫੈਸਲਾ ਇਹਨੂੰ ਚੱਕ ਕੇ ਸਹੁੰ ਚੱਕ ਲਓ, ਜੇ ਅਸੀਂ ਇਹ ਕਰਨਾ ਇਹਨਾਂ ਵਿੱਚ ਕੁਝ ਬਿੰਦੂ ਇੰਪਲੀਮੈਂਟ ਕਰਨੇ ਅਸੀਂ। ਕੇਪੀਜੀ ਲਾਜ਼ਮੀ ਇਹ ਇੱਕ ਹੈ, ਪਰ ਫਾਰ ਐਗਜ਼ਾਮਪਲ ਜਿਵੇਂ ਉਹ ਕਹਿੰਦੇ ਆ ਵੀ ਇਹਨੂੰ 10ਵੀਂ ਤੇ 12ਵੀਂ ਦੇ ਵਿੱਚ ਸਿਲੇਬਸ ਦੇ ਵਿੱਚ ਲਾ ਦਿਓ, ਮੈਂ ਸਮਝਦਾ ਕਿ ਇਹ ਇੱਕ ਪੁਆਇੰਟ ਡਿਸਕਸ਼ਨ ਦਾ ਬਣਦਾ ਕਿ ਕੀ ਬੱਚਿਆਂ ਨੂੰ ਇਹ ਸਿਲੇਬਸ ਤੇ ਇਹ ਸਭ ਕਿਵੇਂ ਬਣਾ ਲਗੇ, ਵੀ ਇਹਦਾ ਮਤਲਬ ਇੰਟਰੋਡਿਊਸ ਕਰਨ ਲੱਗ ਜਾਈਏ ਵੀ ਆ ਆ ਆ ਨਸ਼ੇ ਜਿਹੜੇ ਆ ਉਹ ਤੁਸੀਂ ਇਹਨਾਂ ਤੋਂ ਦੂਰ ਨਹੀਂ, ਸਿਲੇਬਸ ਤੇ ਵਧੀਆ ਚੀਜ਼ ਹੈ, ਉਹਦੇ ਚ ਅਟਰੈਕਸ਼ਨ ਵੀ ਬਣ ਸਕਦੀ ਬੱਚੇ ਦਾ, ਪਤਾ ਲੱਗਦਾ ਬੱਚੇ ਨੂੰ, ਇਹ 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 ਵੀ ਇੱਕ ਪੁਆਇੰਟ ਹੋਰ ਕਿਸਮ ਦਾ, ਇਸ ਕੁਝ ਚੀਜ਼ਾਂ ਆਲਰੇਡੀ ਹੋ ਰਹੀਆਂ, ਕੁਝ ਚੀਜ਼ਾਂ ਲਈ ਇਨਫਰਾਸਟ੍ਰਕਚਰ ਹੈ ਨਹੀਂ ਅਜੇ, ਉਹ ਬਣਾਉਣਾ ਪਊਗਾ, ਪਰ ਜਿੰਨੀ ਦੇਰ ਤੱਕ ਪੂਰੀ ਸੋਸਾਇਟੀ, ਹੁਣ ਮੈਂ ਤੁਹਾਨੂੰ ਦੱਸਦਾ ਪਿੰਡਾਂ ਦੇ ਵਿੱਚ ਨੌਜਵਾਨਾਂ ਨੇ ਕਲੱਬ ਬਣਾ ਕੇ ਇੱਕ ਵੱਡਾ ਬੋਰਡ ਜਿਹੜਾ ਲਾਇਆ ਔਰ ਉਹਦੇ 'ਤੇ ਟੈਲੀਫੋਨ ਨੰਬਰ ਦਿੱਤੇ ਉਹਨਾਂ ਕਲੱਬਾਂ ਨੇ ਕਿ ਜਿਹੜਾ ਕੋਈ ਨਸ਼ਾ ਕਰਦਾ ਜਾਂ ਵੇਚਦਾ ਉਹ ਸਾਨੂੰ ਆ ਕੇ ਜਿਹੜੀ ਹੈ ਇਨਫੋਰਮੇਸ਼ਨ ਦਿਓ। ਕਈ ਪਿੰਡਾਂ ਨੇ ਠੀਕਰੀ ਪੈ ਰਹੇ ਆਪਣੇ ਤੌਰ 'ਤੇ ਵੀ ਲਾਏ, ਪਰ ਹੌਲੀ ਹੌਲੀ ਇਹ ਚੀਜ਼ਾਂ ਉਹਦੇ ਲਈ ਬੈਸਟ, ਉਹਦੇ ਲਈ ਬੈਸਟ ਪਲੇਟਫਾਰਮ ਜਿਹੜਾ ਸਰਕਾਰ ਪੰਚਾਇਤੀ ਰਾਜ ਪਲੱਸ ਸੋਸਾਇਟੀ ਦੀਆਂ ਜਿੰਨੀਆਂ ਐਨ ਜੀ ਓਜ ਹੈ ਇਹ ਸਾਰੀਆਂ, ਪੰਚਾਇਤੀ ਰਾਜ ਨੂੰ ਤਾਂ ਤੁਹਾਡੀ ਵਰਗੀਆਂ ਸਰਕਾਰਾਂ ਨੇ ਅੱਗੇ ਆਉਣ ਹੀ ਦਿੱਤਾ ਨਾ, ਪੰਚਾਇਤੀ ਰਾਜ ਦੇ ਵਿੱਚ ਗ੍ਰਾਮ ਸਭਾ ਤਾਂ ਖਤਮ ਹੋ ਕੇ ਰਹਿ ਗਈ ਹੈ, ਇਹਦਾ ਜੇ ਸੋਸ਼ਲ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਉਹੀ ਕੰਮ ਕਰਦੀਆਂ ਪਈਆਂ ਨਾ, ਸਾਰਾ ਕੁਝ ਫਿਰ ਸਾਰਾ ਕੁਝ ਸਮਾਜ ਦੀ ਪਾਦੀ, ਫਿਰ ਸਰਕਾਰਾਂ ਕਿਉਂ ਆਈਆਂ, ਨਹੀਂ ਨਹੀਂ ਸਰਕਾਰਾਂ ਵੀ ਕਰਦੀਆਂ ਉਹ ਵੀ ਕਰ ਰਹੇ ਆ ਕਿ ਇੱਕ ਫਟਾਫਟ ਸਿੰਦਰ ਫਟਾਫਟ ਇਹੀ ਹੈ ਵੀ ਪੁਲਿਸ ਨੂੰ ਇੱਕ ਚੀਜ਼ ਅਪਣਾ ਲੈਣ ਵੀ ਜਿਹੜੇ ਮੁੰਡੇ ਨਸ਼ਾ ਵੇਚਦੇ ਆ ਜਾਂ ਪੀ ਕੇ ਨਸ਼ਾ ਵੇਚਦੇ ਉਹਨਾਂ ਨੂੰ ਅਰੈਸਟ ਨਾ ਕਰੋ, ਕੋਸ਼ਿਸ਼ ਇਹ ਰੱਖੋ ਵੀ ਉਹਨਾਂ ਤੱਕ ਮੇਨ ਜਿਹੜੇ ਸਪਲਾਇਰ ਨੇ, ਇਕਬਾਲ ਜੀ ਦੀ ਗੱਲ ਸਹੀ ਵੀ ਜਿਹੜੇ ਮੇਨ ਸਪਲਾਇਰ ਤੱਕ ਜਾਓ, ਡਰਦੇ ਹੀ ਨਹੀਂ ਆਉਂਦੇ, ਮਾਂ ਪਿਓ ਵੀ ਨਹੀਂ ਆਉਂਦੇ, ਸੋ ਉਹ ਥੋੜ੍ਹਾ ਰੱਖਣ ਵੀ ਉਹਨਾਂ ਨੂੰ ਅਰੈਸਟ ਨਾ ਕਰਨ, ਮੇਨ ਸਪਲਾਇਰ ਮੁੰਡੇ ਲੋਕਲ। ਸਤਿ ਸ਼੍ਰੀ ਅਕਾਲ ਜੀ, ਇਹ ਜਦੋਂ ਡਾਇਰੈਕਸ਼ਨ ਆਉਂਦੀ ਆ ਡਾਇਰੈਕਸ਼ਨ ਤੋਂ ਅਗਲੇ ਦਿਨ ਹੀ ਪੰਜਾਬ ਦੀਆਂ ਜੇਲ੍ਹਾਂ ਵਿੱਚ ਛਾਪੇ ਵੱਜਣੇ ਸ਼ੁਰੂ ਹੋ ਜਾਂਦੇ ਆ, ਤੁਹਾਡੇ ਵੇਲੇ ਵੀ ਤੁਸੀਂ ਵੀ ਜੇਲ੍ਹਾਂ ਸੰਭਾਲੀਆਂ, ਜੇਲ੍ਹ ਪ੍ਰਬੰਧਨ ਸੰਭਾਲਿਆ ਹੈਗਾ, ਤੁਹਾਡੇ ਵੇਲੇ ਵੀ ਇਹ ਸਭ ਕੁਝ ਹੁੰਦਾ ਰਿਹਾ, ਤੁਸੀਂ ਉਹਦੀਆਂ ਸ਼ਿਕਾਇਤਾਂ ਕਰਦੇ ਸੀ, ਤੁਸੀਂ ਉਹ 'ਤੇ ਕਾਰਵਾਈ ਕਰਦੇ ਸੀ, ਨੱਥ ਪਾਈ ਨਹੀਂ ਜਾ ਸਕੀ, ਜੇ ਨੱਥ ਨਹੀਂ ਪਾਈ ਜਾ ਸਕੀ ਤਾਂ ਉਹਦੀ ਵਜ੍ਹਾ ਕੀ ਸੀ? ਉਸ ਵੇਲੇ ਵੀ ਹੁੰਦਾ ਸੀ, ਨੱਥ ਪਾਉਣ ਦੀ ਕੋਸ਼ਿਸ਼ ਕੀਤੀ, ਉਸ ਵੇਲੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ
तीन सिटिंग जजिस ने एक कमेटी भी बनाई थी जिसमें सिटिंग जजिस मौजूद सन, उन्होंने असं रिपोर्ट भी करते रहे। उस वेले भी बाद काफ़ी पॉलिटिक्स किंतु परंतु हुई, पर उत्थे भी जेलों के माड़ा जहा जो फर्क पिया होना है, 19वीं का पिया होना है, पर नशे फिर भी उत्थे चलते रहे, तो हुण भी चल रहे हैं। जट गर्ग जो जी गल हैगी इन्हें तो समाज का की रोल है? मैं दसदा, मैं इतने एग्जैक्टिव डायरेक्टर से 2012 स्टेट हेल्थ सिस्टम रिसोर्स सेंटर का। असं तिहार जेल से जाके नशा छड़ाओ केंद्र जी उन्होंने भी किमें वो इन रीहैबिलिटेट करते हैं की करते हैं। एक स्टेट ने पूरी टीम बनाई थी, तीन अफसर गए थे, पीजे के डॉक्टर साहब से मैं सी, एक डॉक्टर साहब साढ़े असी लाए हुए थे नशा छड़ाऊ उस दे वास्ते स्टेट से इंचार्ज, तो नाल एक आई एस अफसर से, चार बंदी साड़ी टीम जाके देख के आई, पूरा दिन ला के उन्होंने बड़ा सानू कोपरेट करे, असी देखा भी किमें यह हो सकता है। हुण इहदे च ये गल कहनी जे असी एक टंग बांह फड़ांगे फिर तो हल नहीं होना। पहली गल सब तो वड्डी गल यह है भी सियासी वचनबद्धता की लोड़ है, सियासी वचनबद्धता तो बगैर तुसी लोग कट्ठे फिर लोग उठ खड़न, लोग इन्ने तो क्योंकि इन्होंने तो लोगों ने इन्ना वन रखा वो तो उठ नहीं सकते, 75 च नहीं उठने जो तुसी पहले भी कहा। सो सियासी वचनबद्धता जो होएगी तो कोई बंदा उठ के हिम्मत भी करेगा। जे मैं ये एग्री नहीं करता, मैनू थोड़ा जिहा लगता औखा, एक नूं फड़ लोगे दो नूं फड़ लोगे नशेड़ी दे राहीं, तुसी ऐ चेन नहीं तोड़ सकते। चेन होगी पहले सियासी वचनबद्धता होगी, तो कोई कंप्रोमाइज़ नहीं। जब तुम उस चीज़ से एक पास कंप्रोमाइज़ करोगे दूजे वे सारिया पार्टियां इकट्ठे होना चाहिए, तुम फड़ लिया कितने ना कितने कई बारी ऐसी गल आ जाती है जिड़ी तुम क्रिटिसाइज़ कर सकते हो बहुत ज़्यादा, उन्होंने प्रोसैसी पार्टियां अंदरों कहने भी देखो आ गल ना करया करो, ये ठीक नहीं है, नहीं असं फिर पब्लिक जावे, ये तो गल ठीक है। जे तुम लगातार मिन के सारी गल करने की कोशिश करोगे, तुम जगर करो सब कुछ सारे रलो भी भाई आप नशा पंजाब की समस्या ना पहली सरकार की कभी जी सी ना ये सरकार की कभी दी है ना आप वाले की कभी दी है, इन सारे सियासदानों रल के एक गल के उत्ते फैसला करना भी चल यार लोगों को रुजगार नहीं मिलता, खेती माड़ी है जो मर्जी है, घट्टो घट असं नशे च ना फसन दईए, ये उत्ते असं कट्ठे सैशन भी नहीं कर। लास्ट पॉइंट फटाफट, हाँ जी, ये 25 पॉइंट जो 25 डायरेक्शन, हाँ जी, ये तुम्हें 25 महत्वपूर्ण लगदिया? देखो महत्वपूर्ण तो यह सारिया ने, पर इन्हों की इंप्लीमेंटेशन है जी, जिम्मे उन्होंने सिलेबस की गल कही है, सिलेबस के सरकार भेज दो भी एकेडमिशन डिसाइड कर, क्योंकि सिलेबस ए नहीं डिसाइड होंगे, हाईकोर्ट मानयोग हाईकोर्ट ने कहता वो उत्तर सोचना पो भी की पाना सिलेबस किस पद्धर तक पाना कि किताब तैयार करनी है। सो बड़ा कुछ है 25 पॉइंट कद लागू, ये 25 पॉइंट लागू करने वास्ते तो जे ए 25 पॉइंट लागू करने तो फिर सारी सरकार मैं लगता ना थोड़ी जी स्टैंड स्टेड होएगी, यदि बजाय पोलीटल डिटरमीनेशन वाले 25 सारे आप ही लागू हो जाएंगे। पोलीटल बिल चाहिए बस, पोलीटल बिल की लड़ा, अब पोलीटल बिल है नहीं। शशिकांत जी लास्ट पॉइंट, पोलीटल बिल हो सारा प्रबंधन, सेहत प्रबंधन, स्कूल प्रबंधन, सिक्ख्या प्रबंधन, जो जेलों का प्रबंधन, वो सारा कुछ ट्रैक पर आजगा। हाँ, पोलीटल बिल आ जाएगी, सब रुक सकता है, जो नहीं होएगी तो नहीं रुक सकता है। चलो बहुत धन्यवाद डॉक्टर गर्ग, शशिकांत जी, तारा सिंह, सतेंद्र गिल, इकबाल सिंह जी, सारे मानों का बहुत धन्यवाद करते हैं। हाई कोर्ट का होका नशे को ठल सकेगा, नशे से नकेल कस सकेगा, ये सारे पॉइंट असी डिस्कस करने की कोशिश की है कि सियासत भी इस मुद्दे पर खूब होंगी है, सियासत होंगी रहेगी, पर सानू अपनी जिम्मेवारी निभानी पवेगी, जो जिम्मेवारी नहीं निभावे तो कोर्ट वार बार हुक्म देगी, तो उन्होंने हुक्मों की पालना जो सरकार नहीं करेगी फिर सरकार तो सवाल होने जरूर। बहुत धन्यवाद।